ਬਿਗਨਨ ਕੇ ਨਾਸ ਸ਼੍ਰੀ ਹਰ ਗੋਬਿੰਦ ਸ਼ੋਭ ਸੁਮਤ ਪਰਕਾਸ਼ਕ ਸ਼੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਈ ਬਹੋੜੀ ਗੁਰੂ ਤੇਗ ਬਹਾਦਰ ਪਰਮ ਕੇਰ ਪਾਲਾ ਵਾਹਿਗੁਰੂ ਪਰਮ ਕੇਰ ਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲ ਲਾਲ ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦੋਂ ਪਰ ਪਰ ਜਗਦੀਸ਼ਾ ਜਿਸਮ ਹੈ ਅਮਰਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰਿ ਅਨੁraag ਇਕੰਕਾਰ ਸਤਗੁਰੂ ਤਿਹ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਹਿ ਨਨ ਬਿਨਾਸ਼ਨ ਸਾਹਿਬ ਜੀ ਹੋਰਾ ਰਤਨਾ ਕਰ ਗੁਰ ਗਿਆਨ ਕੇ ਦੇਸ਼ਨ ਪਿਆਨਾ ਕੀਨ ਉਖਰ ਪੋਖਰ ਸਭ ਭਰੇ ਸਿੱਖੀ ਪੰਥਨ ਮੀਨ ਰਤਨਾ ਕਰ ਗੁਰ ਗਿਆਨ ਕੇ ਦੇਸ਼ਨ ਪਿਆਨਾ ਕੀਨ ਕ੍ਰਿਪਾਤਿ ਸ਼ੋ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਜਬਰ ਸਤਰ ਤਖਤ ਦੇ ਮਾਲਕ ਸਮਰਾਥ ਗੁਰੂ ਪਰਤਖ ਗੁਰੂ ਦੀਨ ਦਿਆਲ ਕਿਰਪਾਲ ਅੰਤਰੀਆਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਭਨਾ ਦੀ ਇੱਜ਼ਤ ਰੱਖਣ ਵਾਲੇ ਪਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ ਹੰ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੇ ਹੀ ਪਿਆਰ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜੋ ਗੱਦਕੇ ਫਤੇ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਰ ਨਾਲ ਉਚਾਰਨ ਕਰੋ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਲੜੀਵਾਰ ਕਥਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਪ ਜੀ ਸਰਵਣ ਕਰ ਰਹੇ ਹੋ ਫਜ਼ੂਰ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਥਾਮਾ-ਥਾਮਾ ਤੇ ਜਾ ਕੇ ਭਲਾ ਕਰ ਰਹੇ ਹਨ ਦਰਸ਼ਨ ਬਖਸ਼ਿਸ਼ ਕਰ ਰਹੇ ਹਨ ਸੱਚੇ ਪਾਤਸ਼ਾਹ ਮਹਾਰਾਜ ਜੀ ਚਲਦੇ ਆ ਚਲਦੇ ਆ ਕਾਂਸ਼ੀ ਕਾਂਸ਼ੀ ਤੋਂ ਮਹਾਰਾਜ ਸਸਰਾਮ ਪਿੰਡ ਨੂੰ ਤੁਰੇ ਹਾਲ ਸਸਰਾਮ ਕਿਉਂ ਜਾ ਰਹੇ ਨੇ ਉਹਦਾ ਵੀ ਕਾਰਨ ਕਿਸੇ ਸ਼ਰਮਣ ਕੀਤਾ ਸਸਰਾਮ ਪਿੰਡ ਵਿੱਚ ਗੁਰੂ ਸਾਹਿਬ ਜੀ ਦਾ ਬਹੁਤ ਪਿਆਰ ਵਾਲਾ ਗੁਰੂ ਕਾ ਸਿੱਖ ਰੇਂਦਾ ਹੈ ਜਿਹਦਾ ਨਾਮ ਹੈ ਚਾਚਾ ਅੱਗੋ ਚਾਚਾ ਅੱਗੋ ਦੀ ਪਿਆਰ ਵਿੱਚ ਆਏ ਨੇ ਪੂਰੇ ਦਾ ਪੂਰਾ ਘਰ ਹੀ ਨਵਾਂ ਬਣਾ ਕੇ ਬੈਠੇ ਹੈ ਕਿ ਇਸ ਘਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਆਉਣਗੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮੇਰੇ ਘਰ ਵਿੱਚ ਆਉਣਗੇ ਇਸ ਗੱਲ ਦਾ ਇੰਨਾ ਜ਼ਿਆਦਾ ਪ੍ਰੋਸਾਇਆ ਚਾਚਾ ਫੱਗੋ ਜੀ ਨੂੰ ਕਿ ਉਹਨਾਂ ਨੇ ਆਪਣੇ ਘਰ ਦੇ ਬਾਹਰ ਬਹੁਤ ਵੱਡਾ ਦਰਵਾਜ਼ਾ ਲਾਇਆ ਜੀ ਪਿੰਡ ਵਾਲੇ ਲੋਕ ਇਕੱਠੇ ਹੋਏ ਆ ਉਹਨਾਂ ਨੇ ਚਾਚਾ ਫੱਗੋ ਜੀ ਨੂੰ ਪੁੱਛਿਆ ਵੀ ਚਾਚਾ ਫੱਗੋ ਜੀ ਇੰਨਾ ਵੱਡਾ ਦਰਵਾਜ਼ਾ ਕਿਉਂ ਲਾਇਆ ਹੈ ਕੀ ਕਾਰਨ ਹੈ ਇੰਨਾ ਵੱਡਾ ਵੱਡਾ ਦਰਵਾਜ਼ਾ ਲਾਇਆ ਚਾਚਾ ਫੱਗੋ ਜੀ ਨੇ ਫਿਰ ਉੱਤਰ ਦਿੱਤਾ ਕਹਿੰਦੇ ਭਾਈ ਪਿਆਰਿਓ ਇਹ ਘਰ ਮੈਂ ਆਪਣੇ ਵਾਸਤੇ ਨਹੀਂ ਬਣਾਇਆ ਇਹ ਘਰ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਸਤੇ ਬਣਾਇਆ ਮੇਰੇ ਮਨ ਦੀ ਇੱਛਾ ਹੈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਆਉਣ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਘੋੜਾ ਨਾ ਬਾੜ ਲਾਉਣਾ ਪਵੇ ਜੀ ਮਹਾਰਾਜ ਘੋੜੇ ਦੇ ਸਮੇਤ ਇਸ ਘਰ ਦੇ ਵਿੱਚ ਆਉਣਾ ਅੰਦਰ ਆਉਣਾ ਇਹ ਭਾਵਨਾ ਜਿਹੜੀ ਹੈ ਉਹ ਸਤਸੰਗਤ ਦੀ ਚਾਚਾ ਫੱਗੋ ਜੀ ਨੇ ਦੱਸੀ ਹੈ ਚਾਚਾ ਫੱਗੋ ਜੀ ਦੇ ਮਨ ਵਿੱਚ ਇੰਨਾ ਜ਼ਿਆਦਾ ਪਿਆਰ ਹੈ ਇੰਨਾ ਜ਼ਿਆਦਾ ਪਿਆਰ ਹੈ ਕਿ ਜਦੋਂ ਚਾਚਾ ਫੱਗੋ ਜੀ ਦਾ ਪ੍ਰਣ ਸੁਣਿਆ ਸਸਰਾਮ ਪਿੰਡ ਦੇ ਲੋਕਾਂ ਨੇ ਕਿਸੇ ਨੇ ਮਹਾਰਾਜ ਵਾਸਤੇ ਦਸਤਾਰ ਤਿਆਰ ਕਰ ਲਈ ਕਿਸੇ ਨੇ ਜੋੜਾ ਤਿਆਰ ਕੀਤਾ ਕਿਸੇ ਨੇ ਮਾਇਆ ਤਿਆਰ ਕੀਤੀ ਕਹਨੇ ਚੋਲਾ ਤਿਆਰ ਕੀਤਾ ਵੀ ਚਾਚੇ ਫੱਗੋ ਦੇ ਘਰ ਗੁਰੂ ਜੀ ਨੇ ਆਉਣਾ ਹੀ ਆਉਣਾ ਤੇ ਜਦੋਂ ਮਹਾਰਾਜ ਆਉਣਗੇ ਤੇ ਅਸੀਂ ਗੁਰੂ ਜੀ ਨੂੰ ਕੀ ਭੇਟਾ ਕਰਾਂਗੇ ਆਖੋ ਵਾਹਿਗੁਰੂ ਵਾਹਿਗੁਰੂ ਚੇਤਾ ਰੱਖਿਓ ਜਿਸ ਬੰਦੇ ਦੇ ਅੰਦਰ ਆਪ ਪਿਆਰ ਹੈ ਉਹ ਦੂਜਿਆਂ ਦੇ ਅੰਦਰ ਵੀ ਪਿਆਰ ਪੈਦਾ ਕਰ ਦਿੰਦਾ ਜੀ ਤੇ ਜਿਹਦੇ ਅੰਦਰ ਆਪ ਹੀ ਕੋਈ ਪਿਆਰ ਨਹੀਂ ਹੈਗਾ ਜੀ ਉਹ ਕਿਸੇ ਦੇ ਅੰਦਰ ਕੀ ਪ੍ਰੇਮ ਪੈਦਾ ਕਰੇਗਾ ਚਾਚਾ ਫੱਗੋ ਜੀ ਦੇ ਅੰਦਰ ਸ਼ਰਧਾ ਇੰਨੀ ਹੈ ਪਿਆਰ ਇੰਨਾ ਹੈ ਵੀ ਚਾਚਾ ਫੱਗੋ ਜੀ ਦੀ ਸ਼ਰਧਾ ਸੁਣ ਕੇ ਸਾਰੇ ਦਾ ਸਾਰਾ ਪਿੰਡ ਹੀ ਤਿਆਰ ਹੋ ਗਿਆ ਵੀ ਗੁਰੂ ਸਾਹਿਬ ਆਉਣਗੇ ਤੇ ਆਪਾਂ ਗੁਰੂ ਜੀ ਨੂੰ ਪੇਟਾ ਵਾ ਭੇਟ ਕਰਨੀਆਂ ਨੇ ਦੂਜੀ ਗੱਲ ਇਹ ਹੈ ਕਿ ਚਾਚਾ ਫੱਗੋ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਹਨਾਂ ਕਦੀ ਦਰਸ਼ਨ ਨਹੀਂ ਸੀ ਕੀਤੇ ਜੀ ਫਿਰ ਨਾ ਉਹਨਾਂ ਨੇ ਆਪ ਕੀਤੇ ਨਾ ਪਿੰਡ ਵਾਲਿਆਂ ਨੇ ਦਰਸ਼ਨ ਕੀਤੇ ਜੀ ਬਹੁਤਿਆਂ ਨੇ ਗੁਰੂ ਹਰ राय ਸਾਹਿਬ ਦੇ ਦਰਸ਼ਨ ਕੀਤੇ ਸੀ ਗੁਰੂ ਆਰ ਕਿਸ਼ਨ ਸਾਹਿਬ ਥੋੜਾ ਸਮਾਂ ਗੱਦੀ ਤੇ ਰਹੇ ਫਿਰ ਨੌਵੇਂ ਪਾਤਸ਼ਾਹ ਦੇ ਜੀ ਦਰਸ਼ਨ ਨਹੀਂ ਕੀਤੇ ਪਰ ਚਾਹ ਪੂਰਾ ਜੀ ਚਾ ਹੁਣ ਅੱਗੋਂ ਆਪਾਂ ਕਥਾ ਸੁਣਨੀ ਹੈ ਪਿਆਰ ਨਾਲ ਸਾਰੀ ਸੰਗਤ ਗੱਜ ਕੇ ਕਹਿ ਦਿਓ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਭ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਹਰਾ ਰਤਨਾਕਰ ਗੁਰ ਗਿਆਨ ਕੇ ਦੇਸ਼ਨ ਪਿਆਨਾ ਕੀਨ ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ ਰਤਨਾ ਦੀ ਖਾਨ ਭਾਵ ਜਿਵੇਂ ਸਮੁੰਦਰ ਹੁੰਦਾ ਨਾ ਜੀ ਤਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਗਿਆਨ ਦੇ ਸਮੁੰਦਰ ਹਨ ਜੀ ਗਿਆਨ ਦੇ ਸਮੁੰਦਰ ਸੱਚੇ ਪਾਤਸ਼ਾਹ ਜੀ ਵੱਖ-ਵੱਖ ਇਲਾਕਿਆਂ ਦੇ ਵਿੱਚ ਚਰਨ ਪਾ ਰਹੇ ਹਨ ਹਾਂਜੀ ਊਖਰ ਪੋਖਰ ਸਭ ਪਰੇ ਸਿੱਖੀ ਪੰਥਨਵੀਨ ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜਿੱਥੇ ਵੀ ਜਾ ਰਹੇ ਹਨ ਉੱਥੇ ਸਾਧ ਸੰਗਤ ਦੀ ਗੁਰੂ ਕੇ ਪਿਆਰਿਆਂ ਨੂੰ ਸਿੱਖੀ ਦਾ ਰਸਤਾ ਦੱਸ ਰਹੇ ਹਨ ਗੁਰਸਿੱਖੀ ਵਾਲੇ ਪਾਸੇ ਤੋਰਦੇ ਨੇ ਸੱਚੇ ਪਾਤਸ਼ਾਹ ਜੀ ਹਾਂਜੀ ਚੌਪਈ ਪੂਰਨ ਪ੍ਰਣ ਹਿਤ ਸਿੱਖਣ ਕੇਰਾ ਤੇ ਆਪਣੇ ਸਿੱਖਾਂ ਦਾ ਪ੍ਰਣ ਪੂਰਾ ਕਰਨ ਵਾਸਤੇ ਕਰਿਓ ਕੂਚ ਕਾਂਸੀ ਤੇ ਡੇਰਾ ਮਹਾਰਾਜ ਜੀ ਕਾਂਸੀ ਤੋਂ ਚੱਲੇ ਦੀ ਹਾਂਜੀ ਖੰਚੇ ਪ੍ਰੇਮ ਡੋਰ ਤੇ ਦਾਸਨ ਤੁਨ ਗੁਰੂ ਤੇ ਇੱਕ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਪ੍ਰੇਮ ਦੀ ਡੋਰ ਵਿੱਚ ਬੱਜੇ ਹੋਏ ਨੇ ਸਾ ਸੰਗਤ ਦੀ ਤੇ ਜਿੱਧਰ ਕੋਈ ਸਿੱਖ ਖਿੱਚ ਕੇ ਲੈ ਕੇ ਜਾਂਦਾ ਸੱਚੇ ਪਾਤਸ਼ਾਹ ਉਸ ਪਾਸੇ ਚਲੇ ਜਾਂਦੇ ਨੇ ਜੀ ਹਾਂਜੀ ਚਲੇ ਜਾਤ ਪ੍ਰਭ ਹਾਥ ਸਰਾਸਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥ ਵਿੱਚ ਤੁਨੋ ਛੜਿਆ ਫਿਰ ਤੇਗ ਗਤਰੇ ਪਾਈ ਐ ਮਹਾਰਾਜ ਸ਼ਸਤਰਧਾਰੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਸੋ ਮਹਾਰਾਜ ਅੱਗੇ ਵਧ ਰਹੇ ਨੇ ਜੀ ਹਾਂਜੀ ਪਾਥਾ ਖੜਗ ਬੰਦ ਕਟ ਸੰਗੇ ਤੀਰਾਂ ਦਾ ਪਥਾ ਆਪਣੇ ਮੋਢੇ ਨਾਲ ਵੱਧਾ ਹੋਇਆ ਸੱਚੇ ਪਾਤਸ਼ਾਹ ਨੇ ਤੇ ਕਟ ਸੰਗੇ ਭਾਵ ਲੱਕ ਨਾਲ ਤੀਰਾਂ ਦਾ ਪਥਾ ਵੱਧਾ ਹੋਇਆ ਮਹਾਰਾਜ ਨੇ ਹਾਂਜੀ ਗਮਨਤ ਹੋਏ ਅਸਵਾਰ ਤੁਰੰਗੇ ਤੇ ਖੜਕ ਇੱਕ ਤਲਵਾਰ ਗਾਤਰੇ ਪਾਈ ਹੋਈ ਹੈ ਜੀ ਆਪਾਂ ਬਹੁਤ ਸਾਰੇ ਗੁਰੂ ਤੇ ਇੱਕ ਬਾ ਦਰਦੀ ਦਾ ਰੂਪ ਜਾਣਦੇ ਵੀ ਬਸ ਬੈਠੇ ਆ ਤੇ ਬੈਰਾਗੀ ਹੈ ਨਹੀਂ ਪਿਆਰਿਓ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਡੀ ਤਲਵਾਰ ਆਪਣੇ ਗਾਤਰੇ ਸਦਾ ਰੱਖਦੇ ਹੁੰਦੇ ਸੀਗੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤੀਰਾਂ ਦਾ ਪੱਥਾ ਨਾਲ ਰੱਖਦੇ ਸਨ ਜੀ ਧਨੁਸ਼ ਮਹਾਰਾਜ ਨੇ ਹੱਥ ਵਿੱਚ ਫੜਿਆ ਗਮਨਤ ਹੋਏ ਅਸਵਾਰ ਤੁਰੰਗੇ ਤੇ ਘੋੜੇ ਦੇ ਉੱਤੇ ਸੱਜੇ ਨੇ ਮਹਾਰਾਜ ਤੇ ਸੱਚੇ ਪਾਤਸ਼ਾਹ ਜੀ ਅੱਗੇ ਨੂੰ ਵੱਧ ਰਹੇ ਹਨ ਮਾਤ ਨਾਨਕੀ ਨੁਖਾ ਸਮੇਤ ਸਤਿਗੁਰੂ ਜੀ ਦੇ ਪੂਜਨੀਕ ਮਾਤਾ ਜੀ ਤਨ ਤਨ ਮਾਤਾ ਨਾਨਕੀ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਹਨ ਜੀ ਡੋਰੇ ਸਯੰਦਨ ਪਰ ਸ਼ਬ ਸ਼ੀਤ ਅਖ ਵਾਹਿਗੁਰੂ ਵਾਹਿਗੁਰੂ ਕੋਈ ਡੋਲੇ ਵਿੱਚ ਬੈਠਾ ਪਾਲਕੀ ਚ ਮਾਤਾ ਜੀ ਰੱਥ ਦੇ ਉੱਤੇ ਬੈਠੇ ਹਨ ਇਸ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਗਰੀਬ ਨਿਵਾਜ ਮਹਾਰਾਜ ਚੱਲ ਰਹੇ ਹਨ ਪਹੁੰਚਤ ਪਹੁੰਚਤ ਭੇ ਮਿਰਜ਼ਾਪੁਰ ਨਗਰੀ ਚੱਲਦਿਆਂ ਚੱਲਦਿਆਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਿਰਜ਼ਾਪੁਰ ਪਹੁੰਚੇ ਮਿਰਜ਼ਾਪੁਰ ਜੀ ਹਾਂਜੀ ਸੁਨ ਕਰ ਗੁਰ ਸੁਧ ਸੰਗਤ ਸਗਰੀ ਮਿਰਜ਼ਾਪੁਰ ਦੀ ਸੰਗਤ ਨੇ ਸੁਣਿਆ ਕਿ ਨੌਵੇਂ ਪਾਤਸ਼ਾਹ ਮਹਾਰਾਜ ਸਤਗੁਰੂ ਜੀ ਆਏ ਹਨ ਹਾਂਜੀ ਉਪਹਾਰਨ ਲੇ ਅਨਕ ਪ੍ਰਕਾਰੀ ਤੇ ਸੰਗਤ ਦੀ ਮਹਾਰਾਜ ਦਾ ਬੜਾ ਵੱਡਾ ਪ੍ਰਤਾਪ ਸੰਗਤਾਂ ਨੂੰ ਚਾ ਚੜ ਗਿਆ ਵੀ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਮਾਲਕ ਨੌਵੇਂ ਪਾਤਸ਼ਾਹ ਆਏ ਨੇ ਖਾਲੀ ਹੱਥ ਨਹੀਂ ਫਿਰ ਕੋਈ ਆਇਆ ਜੀ ਵੱਖ-ਵੱਖ ਪੇਟਾਂਵਾਂ ਲੈ ਕੇ ਸੰਗਤਾ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਈਆਂ ਜੀ ਆਦਰ ਹਿੱਤ ਆਏ ਅਗਵਾਰੀ ਆਦਰ ਕਰਨ ਵਾਸਤੇ ਸਤਕਾਰ ਕਰਨ ਵਾਸਤੇ ਉਥੇ ਪਹੁੰਚ ਗਏ ਜਿੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਬੈਠੇ ਹਨ ਹਾਂ ਜੀ ਮੇਲੇ ਧਾਇ ਕਰ ਬਹੁਤ ਉਮਮਾਹਤ ਬੜੀ ਖੁਸ਼ੀ ਨਾਲ ਭੱਜ-ਭੱਜ ਕੇ ਆ ਰਹੇ ਆ ਕਿਤੇ ਅਸੀਂ ਦਰਸ਼ਨਾਂ ਤੋਂ ਵਾਂਝੇ ਨਾ ਰਹਿ ਜਾਈਏ ਅਸੀਂ ਦਰਸ਼ਨਾਂ ਤੋਂ ਵਾਂਝੇ ਨਾ ਰਹਿ ਜੀ ਆਖੋ ਵਾਹਿਗੁਰੂ ਵਾਹਿਗੁਰੂ ਹੁਣ ਵੇਖੀਦਾ ਜਿਹੜੇ ਪਿਆਰ ਵਾਲੇ ਆ ਜੀ ਭੱਜ ਭੱਜ ਕੇ ਆਉਂਦੇ ਆ ਭੱਜ ਭੱਜ ਕੇ ਆਉਂਦੇ ਆ ਦਰਸ਼ਨ ਕਰੀਏ ਮਹਾਰਾਜ ਦੇ ਕਿਤੇ ਆਪਾਂ ਕਥਾ ਦੇ ਸਮੇਂ ਤੋਂ ਲੇਟ ਨਾ ਹੋ ਜਾਈਏ ਕਿਤੇ ਆਪਾਂ ਕੀਰਤਨ ਦੇ ਸਮੇਂ ਤੋਂ ਲੇਟ ਨਾ ਹੋ ਜਾਈਏ ਸ਼ਾਮ ਨੂੰ ਕਈਆਂ ਦਾ ਰਹਿਰਾ ਸਾਹਿਬ ਦਾ ਨਿਤਨੇਮ ਹੈ ਉਹ ਕਹਿੰਦੇ ਰਹਿਰਾਸ ਸਾਹਿਬ ਦੇ ਸਮੇਂ ਤੋਂ ਲੇਟ ਨਾ ਹੋ ਜਾਈਏ ਗੁਰੂ ਕੇ ਸਿੱਖ ਭੱਜ-ਭੱਜ ਕੇ ਆ ਰਹੇ ਐ ਭਾਈ ਆਪਣੇ ਤੇ ਭਾਗ ਜਾਗ ਗਏ ਐ ਆਪਣੇ ਪਿੰਡ ਵਿੱਚ ਸੱਚੇ ਪਾਤਸ਼ਾਹ ਆਏ ਹਨ ਹਾਂਜੀ ਜਥਾ ਤ੍ਰਿਖਾ ਤੁਰ ਜਲ ਕੋ ਚਾਹਤ ਜਿਵੇਂ ਪਿਆਸਾ ਬੰਦਾ ਪਾਣੀ ਵਾਸਤੇ ਨਹੀਂ ਭੱਜਾ ਫਿਰਦਾ ਜੀ ਓਵੇਂ ਗੁਰੂ ਕੇ ਸਿੱਖ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਭੱਜੇ ਆਏ ਹਨ ਜੀ ਕਰ ਜੋ ਰਹਿ ਨਿਜ ਸੀਸ ਚੁਕਾਵ ਹੈ ਆਖੋ ਵਾਹਿਗੁਰੂ ਵਾਹਿਗੁਰੂ ਕਿੰਨਾ ਪਿਆਰ ਹੋਏਗਾ ਜੀ ਉਹਨਾਂ ਦੇ ਮਨਾ ਵਿੱਚ ਹਾਂਜੀ ਚੇਤਾ ਰੱਖਿਓ ਜਿੱਦ ਤਰ ਸਾਡਾ ਪਿਆਰ ਹੋਵੇ ਕਹਿਣ ਦੀ ਲੋੜ ਨਹੀਂ ਪੈਂਦੀ ਬੰਦਾ ਆਪੇ ਹੀ ਭੱਜਾ ਫਿਰਦਾ ਜੀ ਉਸ ਪਾਸੇ ਜੀ ਇਸੇ ਤਰ੍ਹਾਂ ਗੁਰੂ ਕੇ ਸਿੱਖਾਂ ਦਾ ਮਹਾਰਾਜ ਨਾਲ ਪਿਆਰ ਹੈ ਜੀ ਹੱਥ ਜੋੜਦੇ ਹਨ ਸਿਰ ਝੁਕਾਉਂਦੇ ਹਨ ਜੀ ਤੁਸੀਂ ਵੀ ਹੱਥ ਜੋੜੋ ਸਿਰ ਵੀ ਝੁਕਾਓ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਰ ਗੁਰ ਕੇ ਪਦ ਅਰਬਿੰਦ ਲਗਾਵਹਿ ਮਹਾਰਾਜ ਦੇ ਚਰਨਾਂ ਕਮਲਾਂ ਤੇ ਹੱਥ ਲਾਉਂਦੇ ਆ ਜੀ ਬਹੁਤ ਖੁਸ਼ੀ ਮਹਿਸੂਸ ਕਰਦੇ ਨੇ ਅੱਜ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਹੋਏ ਹਨ ਹਾਂਜੀ ਲੈ ਕੇ ਸੰਗ ਸਿਵਰ ਕਰਵਾਏ ਗੁਰੂ ਸਾਹਿਬ ਮਹਾਰਾਜ ਜੀ ਦਾ ਟਿਕਾਣਾ ਕਰਾਇਆ ਜੀ ਤੰਬੂ ਲਵਾਏ ਉਹਨਾਂ ਨੇ ਜੀ ਕਰਤ ਪਾਏ ਜਿਵੇਂ ਗੁਰ ਫਰਮਾਇਵ ਜਿਵੇਂ ਮਹਾਰਾਜ ਨੇ ਬਚਨ ਕੀਤਾ ਓਵੇਂ ਹੀ ਉਸ ਪਿੰਡ ਦੀਆਂ ਸੰਗਤਾਂ ਨੇ ਕੀਤਾ ਭਲਾ ਕਿਹੜੇ ਪਿੰਡ ਪਹੁੰਚੇ ਮਹਾਰਾਜ ਮਿਰਜ਼ਾਪੁਰ ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ ਮਿਰਜ਼ਾਪੁਰ ਦੀਆਂ ਸੰਗਤਾਂ ਨੇ ਬਹੁਤ ਚਾਉ ਕੀਤਾ ਹੈ ਹਾਂਜੀ ਅਨੇਕ ਪ੍ਰਕਾਰਨ ਕੀ ਕਰ ਸੇਵਾ ਬੜੇ ਪ੍ਰਕਾਰ ਨਾਲ ਸੇਵਾ ਕੀਤੀ ਜੀ ਕੋਈ ਝਾੜੂ ਫੇਰ ਰਿਹਾ ਕੋਈ ਬਿਸਤਰੇ ਲਵਾ ਰਿਹਾ ਕੋਈ ਲੰਗਰ ਤਿਆਰ ਕਰ ਰਿਹਾ ਕੋਈ ਬਰਤਨ ਸਾਫ ਕਰ ਰਿਹਾ ਬੜੇ ਤਰ੍ਹਾਂ ਦੀ ਸੇਵਾ ਕਰ ਰਹੇ ਨੇ ਜੀ ਕਰੇ ਪ੍ਰਸੰਨ ਮਹਾਗੁਰ ਦੇਵਾ ਗੁਰੂ ਸਾਹਿਬ ਜੀ ਨੂੰ ਖੁਸ਼ ਕੀਤਾ ਜੀ ਖੁਸ਼ ਕੀਤਾ ਸੇਵਾ ਕਰ ਕਰਕੇ ਖਾਣ ਪਾਣ ਕੀ ਟਹਿਲ ਵਿਸਾਲਾ ਲੰਗਰ ਬਹੁਤ ਵਧੀਆ ਤਿਆਰ ਕੀਤਾ ਜੀ ਮਹਾਰਾਜ ਵਾਸਤੇ ਵੇਖੋ ਪਿਆਰ ਦੀ ਖੇੜ ਹੈ ਪਿਆਰ ਦੀ ਜਦੋਂ ਅੰਦਰ ਪਿਆਰ ਹੋਵੇ ਨਾ ਜੀ ਆਪੇ ਹੀ ਬੰਦਾ ਸਾਰਾ ਕੁਝ ਕਰ ਹੀ ਜਾਂਦਾ ਜੀ ਬਹੁਤ ਵਧੀਆ ਲੰਗਰ ਤਿਆਰ ਕਰਕੇ ਗੁਰੂ ਜੀ ਨੂੰ ਤੇ ਸੰਗਤਾਂ ਨੂੰ ਸ਼ਿਕਾਇਆ ਜੀ ਹਾਂ ਜੀ ਪੁਰ ਕੀ ਸੰਗਤ ਕਰ ਤਿਸ ਕਾਲਾ ਨਗਰ ਦੀ ਸੰਗਤ ਨੇ ਸੇਵਾ ਕਰ ਕਰਕੇ ਗੁਰੂ ਜੀ ਦੀ ਖੁਸ਼ੀ ਲਈ ਜੀ ਆਖੋ ਵਾਹਿਗੁਰੂ ਵਾਹਿਗੁਰੂ ਅਸਾ ਸੇਵਾ ਬੰਦੇ ਨੂੰ ਜ਼ਬਰਦਸਤੀ ਖੁਸ਼ੀ ਦਿਵਾ ਦਿੰਦੀ ਜੇ ਨਹੀਂ ਵੀ ਖੁਸ਼ ਹੋਣਾ ਨਾ ਮਹਾਰਾਜ ਜੀ ਨੇ ਸੇਵਾ ਵੇਖ ਕੇ ਖੁਸ਼ ਹੋ ਜਾਂਦੇ ਜੀ ਤੇ ਵੇਲੜਾਂ ਦੀ ਤਰ੍ਹਾਂ ਬੰਦਾ ਬੈਠਾ ਰਵੇ ਕੋਈ ਸੇਵਾ ਨੂੰ ਹੱਥ ਨਾ ਲਾਵੇ ਉਹ ਨਾਰਾਜ਼ਗੀ ਵੀ ਲੈ ਲੈਂਦਾ ਜੀ ਬਹੁਤ ਖੁਸ਼ੀ ਮਿਲੀ ਜੀ ਉਸ ਪਿੰਡ ਦੀ ਸੰਗਤ ਨੂੰ ਮਹਾਰਾਜ ਦੀ ਹੋਤੀ ਇਕੱਤਰ ਜੋ ਗੁਰ ਕੀ ਕਾਰ ਹੁਣ ਉੱਥੇ ਮਾਇਆ ਵੀ ਇਕੱਠੀ ਹੋਈ ਦੀ ਬਹੁਤ ਸਾਰੀ ਜਿੰਨੀ ਮਾਇਆ ਇਕੱਠੀ ਹੋਈ ਧਰਿਓ ਆਨ ਕਰ ਦਰਬ ਉਦਾਰ ਉਹ ਲੋਕਾਂ ਨੇ ਮਹਾਰਾਜ ਦੇ ਚਰਨਾਂ ਵਿੱਚ ਲਿਆ ਕੇ ਰੱਖ ਦਿੱਤੀ ਜੀ ਲਓ ਮਹਾਰਾਜ ਸਾਡੇ ਪਿੰਡ ਵੱਲੋਂ ਭੇਟਾ ਲੈ ਲਓ ਵਸਤਰ ਵਿਭੁਖਨ ਸੁੰਦਰ ਦੀਨ ਅਰਪਣ ਸਕਲ ਅਕੋਰਨ ਕੀ ਕੋਈ ਬਸਤਰ ਲੈ ਕੇ ਆਇਆ ਕੋਈ ਮਾਤਾਵਾਂ ਵਾਸਤੇ ਗਹਿਣੇ ਲੈ ਕੇ ਆਇਆ ਸਭ ਕੁਝ ਮਹਾਰਾਜ ਨੂੰ ਭੇਟਾ ਕੀਤਾ ਗੁਰੂ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਲਈਆਂ ਜੀ ਖੁਸ਼ੀਆਂ ਹੰਟ ਇੱਕ ਦੋਏ ਕਰ ਮੁਕਾਮ ਗੁਰ ਚੱਲੇ ਮਗ ਮੈਂ ਬਹੁ ਸਿੱਖਣ ਸੰਗਤ ਮਿਲਾਂ ਦੋ ਦਿਨ ਸੱਚੇ ਪਾਤਸ਼ਾਹ ਮਿਰਜ਼ਾਪੁਰ ਵਿੱਚ ਰਹੇ ਜੀ ਮਿਰਜ਼ਾਪੁਰ ਵਿੱਚ ਤੇ ਬਾਤ ਜੀ ਬਾਤ ਜਦੋਂ ਮਹਾਰਾਜ ਕਿਤੇ ਰਹਿੰਦੇ ਸੀ ਨਾ ਜੀ ਪਿੰਡ ਦਾ ਸਾਰੇ ਦਾ ਸਾਰਾ ਮਾਹੌਲ ਹੀ ਬਦਲ ਜਾਂਦਾ ਸੀਗਾ ਜੀ ਪਿੰਡ ਦਾ ਮਾਹੌਲ ਬਦਲ ਜਾਂਦਾ ਮੈਂ ਪੜ ਰਿਆ ਸਾਂ ਗੁਰੂ ਸਾਹਿਬ ਤੇ ਬਹੁਤ ਵੱਡੇ ਨੇ ਸੰਗਤ ਜੀ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰੂ ਸਾਹਿਬ ਤਾਂ ਬਹੁਤ ਵੱਡੇ ਨੇ ਗੁਰੂ ਸਾਹਿਬ ਦੇ ਪਿਆਰੇ ਹੀ ਕਿਸੇ ਪਿੰਡ ਵਿੱਚ ਜਾਂਦੇ ਮਾਹੌਲ ਬਦਲ ਦਿੰਦੇ ਜੀ ਮੈਂ ਪੜ ਰਿਹਾ ਸਾਂ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਜੀ ਮਹਾਪੁਰਖ ਜਦੋਂ ਕਿਸੇ ਪਿੰਡ ਵਿੱਚ ਚਲੇ ਜਾਂਦੇ ਵਾਰੇ ਨਿਆਰੇ ਹੋ ਜਾਂਦੇ ਸੀਗੇ ਉਸ ਪਿੰਡ ਦੇ ਜੀ 10 10 ਦਿਨ ਕਥਾ ਕੀਰਤਨ ਕਰਨਾ 10 10 ਦਿਨ ਜੀ ਤੇ ਉਹ ਪਿੰਡ ਦੇ ਲੋਕ ਜਿੱਥੇ ਬਾਬਾ ਅਤਰ ਸਿੰਘ ਦੀ ਚਰਨ ਪਾਉਂਦੇ ਸੀ ਨਾ ਜੀ ਸਾਰੇ ਦੇ ਸਾਰੇ ਪਿੰਡ ਦੇ ਲੋਕ ਨਿਤ ਨਿਮੀ ਹੋ ਜਾਂਦੇ ਸੀਗੇ ਜੀ ਤੇ ਤੁਸੀਂ ਅੰਦਾਜ਼ਾ ਲਾਓ ਜਿੱਥੇ ਆਪ ਰੱਬ ਗੁਰੂ ਤੇਗ ਬਹਾਦਰ ਸਾਹਿਬ ਜੀ 2 ਦਿਨ ਰਹੇ ਹੋਣਗੇ ਉੱਥੋਂ ਦੇ ਲੋਕ ਨਿਹਾਲ ਨਹੀਂ ਹੋਏ ਹੋਣਗੇ ਜੀ 2 ਦਿਨ ਸੱਚੇ ਪਾਤਸ਼ਾਹ ਜੀ ਮਿਰਜ਼ਾਪੁਰ ਵਿੱਚ ਰਹੇ ਹਾਂਜੀ ਮਗ ਮੈਂ ਬਹੁਤ ਸਿੱਖ ਸੰਗਤ ਮਿਲਾਂ ਫਿਰ ਮਹਾਰਾਜ ਅੱਗੇ ਚੱਲ ਪਏ ਜੀ ਰਸਤੇ ਵਿੱਚ ਬੜੀਆਂ ਸੰਗਤਾਂ ਮਿਲ ਰਹੀਆਂ ਨੇ ਅਰਪ ਉਪਾਇਨ ਬੰਧਨ ਠਾਨ ਬੜੀਆਂ ਪੇਟਾਵਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਭੇਟ ਕਰ ਕਰਕੇ ਲੋਕ ਨਮਸਕਾਰਾਂ ਕਰ ਰਹੇ ਹਨ ਜਾ ਚਹ ਹੈ ਵਰ ਕੋ ਬਿਨੈ ਬਖਾਨੈ ਵਰ ਮੰਗਦੇ ਆ ਕਿਉਂ ਲੋਕਾਂ ਨੇ ਤੇ ਮੰਗਣਾ ਹੀ ਆ ਜੀ ਕੁਛ ਨਾ ਕੁਛ ਤੇ ਵਰ ਮੰਗਦੇ ਆ ਸੱਚੇ ਪਾਤਸ਼ਾਹ ਉਹਨਾਂ ਤੇ ਮਿਹਰ ਕਰਦੇ ਹਨ ਕਿਰਪਾ ਕਰਦੇ ਹਨ ਕਰਤ ਜਾਤ ਸਤ ਗੁਰੂ ਨਿਹਾਲ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੱਜ ਕੇ ਕਹੋ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਤੇ ਪਾਸ਼ਾ ਜੀ ਨਿਹਾਲ ਕਰਦੇ ਹੋਏ ਜਾ ਰਹੇ ਨੇ ਨਿਹਾਲ ਕਰਦੇ ਹੋਏ ਅੱਗੇ ਵੱਧ ਰਹੇ ਹਨ ਅਨੇਕ ਨਰਨ ਕੇ ਬੰਧਨ ਟਾਲ ਲਓ ਜੀ ਜਿਨ੍ਹਾਂ ਜਿਨ੍ਹਾਂ ਨੇ ਦਰਸ਼ਨ ਕੀਤੇ ਗਿਣਤੀ ਥੋੜੀ ਕੋਈ ਨਹੀਂ ਜਿਨ੍ਹਾਂ ਜਿਨ੍ਹਾਂ ਨੇ ਦਰਸ਼ਨ ਕੀਤੇ ਨਾ ਜੀ ਗੁਰੂ ਸਾਹਿਬ ਨੇ ਉਹਨਾਂ ਦੇ ਬੰਧਨ ਘੱਟ ਦਿੱਤੇ ਜੀ ਬੰਧਨ ਕੀ ਹੁੰਦਾ ਇਹਨੂੰ ਧਿਆਨ ਨਾਲ ਸੁਣਿਓ ਬੰਧਨ ਹੁੰਦਾ ਅਵਗੁਣ ਕੋਈ ਵੀ ਬੰਦਾ ਨਾ ਜੀ ਸਿਆਣਾ ਉਹ ਚਾਹੁੰਦਾ ਵੀ ਮੇਰੇ ਅਵਗੁਣ ਛੁੱਟ ਜਾਣ ਕੋਈ ਵੀ ਸਿਆਣਾ ਬੰਦਾ ਜਿਹੜਾ ਜੀ ਉਹ ਨਹੀਂ ਚਾਹੁੰਦਾ ਵੀ ਮੇਰੇ ਵਿੱਚ ਉਹ ਗੁਣ ਰਵੇ ਪਤਾ ਹੁੰਦਾ ਵੀ ਮੇਰਾ ਆਹ ਉਹ ਗੁਣ ਹੈ ਪਰ ਉਹ ਗੁਣ ਛੱਡ ਨਹੀਂ ਸਕਦਾ ਉਹ ਤੇ ਉਹ ਚਾਹੁੰਦਾ ਹੈ ਵੀ ਮੇਰੇ ਵਿੱਚ ਨੁਕਸ ਹੈ ਤੇ ਮੇਰਾ ਇਹ ਨੁਕਸ ਠੀਕ ਹੋ ਜਾਵੇ ਪਰ ਠੀਕ ਨਹੀਂ ਹੁੰਦਾ ਤੇ ਜਦੋਂ ਗੁਰੂ ਸਾਹਿਬ ਕਿਰਪਾ ਕਰਦੇ ਨਾ ਜੀ ਕਹੇ ਤੇ ਫਿਰ ਔਗੁਣ ਛੁੱਟਦੇ ਆ ਫਿਰ ਬੰਧਨ ਛੁੱਟਦੇ ਆ ਬੰਧਨ ਤੇ ਛੁਟਕਾਵੈ ਪ੍ਰਭੂ ਮਿਲਾਵੈ ਸੋ ਮਹਾਰਾਜ ਨੇ ਕਿਰਪਾ ਕੀਤੀ ਜਿਨ੍ਹਾਂ ਜਿਨ੍ਹਾਂ ਨੇ ਵੀ ਦਰਸ਼ਨ ਕੀਤੇ ਉਹਨਾਂ ਦੇ ਬੰਧਨ ਛੁੱਟ ਗਏ ਰੇ ਉਹਨਾਂ ਦੇ ਜੀਵਨ ਬੜੇ ਵਧੀਆ ਹੋ ਗਏ ਰੇ ਹਾਂਜੀ ਜੈ ਜੈਕਾਰ ਹੋਏ ਤਹ ਰਹੋ ਜੈ ਜੈਕਾਰ ਲੋਕ ਕਹਿੰਦੇ ਧੰ ਗੁਰੂ ਤੇਗ ਬਹਾਦਰ ਸਾਹਿਬ ਐਸੇ ਆਏ ਨੇ ਸਾਡਾ ਭਲਾ ਕਰਕੇ ਹਨ ਆਪਾਂ ਵੀ ਕਹਿ ਦਈਏ ਧੰ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਨ ਪੁਰ ਗ੍ਰਾਮਨ ਸਭ ਨੇ ਜਸ ਕਹਿਓ ਪਿੰਡ ਦੇ ਲੋਕਾਂ ਨੇ ਗੁਰੂ ਸਾਹਿਬ ਦਾ ਜਸ ਕੀਤਾ ਜੀ ਮਾਰਾ ਦੀ ਵਡਿਆਈ ਕੀਤੀ ਜਥਾ ਮਹਾ ਕਨ ਉਮਗੜ ਸਾਵਣ ਥਲ ਉਚਾਵ ਚ ਕਰ ਹੈ ਬਸਾਵਣ ਜਿਵੇਂ ਫਾਤ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾ ਦੀ ਕਿਰਪਾ ਵੇਖੋ ਕੈਸੀ ਵਰਤਦੀ ਹੈ ਵੀ ਜਿਵੇਂ ਸੌਣ ਹੁੰਦਾ ਤੇ ਬੱਦਲ ਨਹੀਂ ਆਉਂਦੇ ਐਦਾਂ ਮਾਰਾ ਦੇ ਦਰਸ਼ਨ ਕਰਨ ਵਾਸਤੇ ਲੋਕ ਆਉਂਦੇ ਨੇ ਲੋਕ ਆਉਂਦੇ ਨੇ ਐਦਾਂ ਦਰਸ਼ਨ ਕਰਦੇ ਆ ਕੇ ਬੜੀ ਖੁਸ਼ੀ ਮਿਲਉਂਦੇ ਆ ਬਸ ਜਿਸ ਪਾਸੇ ਗੁਰੂ ਜੀ ਜਾ ਰਹੇ ਨੇ ਮਨੋਖੀ ਮਨੋਖਾ ਸੰਗਤਾ ਹੀ ਸੰਗਤਾ ਕਾਰਣ ਕੀ ਐ ਪ੍ਰਤਾਪ ਏਡਾ ਵੱਡਾ ਸੱਚੇ ਪਾਤਸ਼ਾਹ ਜੀ ਦਾ ਜੀ ਹਾਂਜੀ ਸਤਗੁਰ ਪਰਸੇ ਹੋਹੇ ਪੁਨੀਤ ਮਹਾ ਦੋਸ਼ ਤਿਸ ਜਾਏ ਬਤੀਤ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦੇ ਤੇ ਪਵਿੱਤਰ ਹੁੰਦੇ ਪਵਿੱਤਰ ਦੀ ਪਵਿੱਤਰ ਠਾਕੁਰ ਸਿੰਘ ਜੀ ਇਹਦ ਇਸ਼ਾਰਾ ਵੀ ਵੇਖ ਲਿਆ ਕਰੋ ਆਜੋ ਹਾਂਜੀ ਪੁਨ ਸੰਤਨ ਕੋ ਬਾਖ ਬਖਾਨਾ ਹਾਂਜੀ ਹਉ ਤਰਸ਼ੰਕੂ ਭੂਪ ਮਹਾਨ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਲੋਕ ਪਵਿੱਤਰ ਹੋ ਰਹੇ ਨੇ ਆਨੰਦ ਆ ਰਿਹਾ ਸ਼ਾਂਤੀ ਆ ਰਹੀ ਹੈ ਲੋਕਾਂ ਨੂੰ ਭਾਈ ਸਾਹਿਬ ਲਿਖਦੇ ਪੁਨ ਸੰਤਨ ਸੋ ਬਾਖ ਬਖਾਨਾ ਫਿਰ ਜਦੋਂ ਮਹਾਰਾਜ ਬਚਨ ਕਰਦੇ ਆ ਨਾ ਬਚਨ ਤੇ ਬਸ ਫਿਰ ਤੇ ਕਮਾਲ ਹੀ ਹੋ ਜਾਂਦੀ ਦੀ ਕਮਾਲ ਜਿਨ੍ਹਾਂ ਦੇ ਮਨ ਨਹੀਂ ਟਿਕਦੇ ਉਹਨਾਂ ਦੇ ਮਨ ਵੀ ਟਿਕ ਜਾਂਦੇ ਜੀ ਹਾਂਜੀ ਗੰਮ ਨੇ ਸਤਗੁਰ ਗਏ ਅਗਾਰੀ ਹਾਂਜੀ ਸਹਸਰਾਵ ਕੇ ਪਹੁੰਚ ਮਝਾਰੀ ਹੁਣ ਮਹਾਰਾਜ ਹੌਲੀ ਹੌਲੀ ਗੁਰੂ ਸਾਹਿਬ ਦੀ ਦਾ ਧਿਆਨ ਹੈ ਵੀ ਸਸਰਾਮ ਪਿੰਡ ਤੇ ਪਹੁੰਚ ਗਏ ਕਿਉਂ ਉੱਥੇ ਗੁਰੂ ਦਾ ਪਿਆਰਾ ਯਾਦ ਕਰ ਰਿਹਾ ਹੈ ਮਹਾਰਾਜ ਬਹੁਤ ਛੇਤੀ ਕਰ ਰਿਹਾ ਤੇ ਸੱਚੇ ਪਾਤਸ਼ਾਹ ਜੀ ਸਸਰਾਮ ਵੱਲ ਨੂੰ ਪਹੁੰਚ ਰਹੇ ਨੇ ਹਾਂਜੀ ਸਭ ਕੋ ਤਿਆਗ ਇਕਾ ਕੀ ਭਏ ਹਾਂਜੀ ਨਿਜ ਤਰੰਗ ਕੋ ਬੇਗ ਚੱਲੇ ਹੁਣ ਨਾਲ ਮਾਤਾਵਾਂ ਨੇ ਮਾਤਾ ਗੁਜਰੀ ਜੀ ਨੇ ਉਹਨਾਂ ਪਾਲਕੀ ਵਿੱਚ ਆਉਣਾ ਜੀ ਤੇ ਨਾਲ ਮਾਤਾ ਨਾਨਕੀ ਜੀ ਆ ਉਹਨਾਂ ਰੱਥ ਤੇ ਆਉਣਾ 500 ਸਾਧੂ ਐ ਉਹਨਾਂ ਨੇ ਪੈਦਲ ਆਉਣਾ ਤੇ ਗੁਰੂ ਸਾਹਿਬ ਕੋੜੇ ਤੇ ਨੇ ਜੀ ਆਖੋ ਵਾਹਿਗੁਰੂ ਵਾਹਿਗੁਰੂ ਹੁਣ ਉਹਨਾਂ ਨੂੰ ਸਮਾਂ ਲੱਗਦਾ ਜੀ ਆਉਂਦਿਆਂ ਜੀ ਮਹਾਰਜ ਨੇ ਵੇਖਿਆ ਵੀ ਚਾਚਾ ਫੱਗੋ ਸਾਨੂੰ ਉਡੀਕ ਰਿਹਾ ਚਾਚਾ ਫੱਗੋ ਬਹੁਤ ਪ੍ਰੇਮ ਨਾਲ ਇੰਤਜ਼ਾਰ ਕਰ ਰਿਹਾ ਤੁਸੀਂ ਆਪ ਅੰਦਾਜ਼ਾ ਲਾਓ ਨਾ ਜੀ ਕੋਈ ਘਰ ਬਣਦਾ ਅੱਜ ਤੇ ਇਨੇ ਇਨੇ ਸਾਧਨ ਨੇ ਤੇ ਅੱਜ ਵੀ 2 ਸਾਲ ਲੱਗ ਜਾਂਦੇ ਜੀ ਬੜੇ ਸਹਿਜ ਸਭਾ 2 ਸਾਲ ਲੱਗ ਜਾਂਦੇ ਉਰੋਂ ਤੇ ਸਾਧਨ ਹੀ ਨਹੀਂ ਆਗੇ ਜੀ ਇਹੋ ਜਿਹਾ ਤੇ ਕਦੋਂ ਘਰ ਬਣਦਾ ਹੁੰਦਾ ਸੀ ਗੱਲ ਤੇ ਘਰ ਬਣਾਉਣਾ ਦਰਵਾਜਾ ਲਾਉਣਾ ਤੇ ਕਦੋਂ ਘਰ ਬਣਿਆ ਤੇ ਕਦੋਂ ਦਾ ਬਣਿਆ ਜੀ ਤੇ ਚਾਚਾ ਫੱਗੋ ਜੀ ਉਡੀਕਨਦੇ ਆ ਵੀ ਗੁਰੂ ਸਾਹਿਬ ਮੇਰੇ ਘਰ ਵਿੱਚ ਆਉਣ ਮਹਾਰਾਜ ਨੂੰ ਛੇਤੀ ਐ ਹੁਣ ਨਾਲ ਸੰਗਤ ਐ ਉਹ ਜ਼ਬਰਦਸਤੀ ਟਾਈਮ ਲਾ ਦਿੰਦੇ ਸਾਰੇ ਤੇ ਫਿਰ ਗੁਰੂ ਸਾਹਿਬ ਨੇ ਪਤਾ ਕੀ ਕੀਤਾ ਜੀ ਸੱਚੇ ਪਾਤਸ਼ਾ ਕੱਲੇ ਹੀ ਚਲੇ ਗਏ ਜੀ ਆਖੋ ਵਾਹਿਗੁਰੂ ਕਿੱਥੇ ਨਾਲ 7800 ਸਰੀਰ ਮਹਾਰਾਜ ਦੇ ਨਾਲ ਤੁਰਦਾ ਹੁੰਦਾ ਸੀ ਗਾ ਜੀ ਹੁਣ ਪਿਆਰ ਦੀ ਗੱਲ ਹੈ ਨਾ ਤੇ 7800 ਨੂੰ ਛੱਡ ਕੇ ਤੇ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾ ਮਹਾਰਾਜ ਕੱਲੇ ਹੀ ਤੁਰ ਪਏ ਜੀ ਹਾਂਜੀ ਕਹੇਓ ਪਿਸ਼ਾਰੀ ਸਗਰੇ ਆਵੋ ਮਹਾਰਾਜ ਨੇ ਆਪਣੇ ਘੋੜੇ ਨੂੰ ਛੇਤੀ ਤੇਜ ਚਲਾਇਆ ਗੁਰੂ ਕੇ ਸਿੱਖ ਕਹਿੰਦੇ ਮਹਾਰਾਜ ਕਿੱਥੇ ਤੇ ਗੁਰੂ ਸਾਹਿਬ ਨੇ ਇੰਨਾ ਹੀ ਬਚਨ ਕੀਤਾ ਮਾਰਾ ਕਹਿਣ ਲੱਗੇ ਵੀ ਛੇਤੀ ਛੇਤੀ ਸਾਡੇ ਮਗਰ ਆਜੋ ਭਾਈ ਹਾਂਜੀ ਮੰਦ ਮੰਦ ਮਾਰਗ ਗਮਨਾਬ ਹੋ ਮਾਰਾ ਕਹਿਣ ਲੱਗੇ ਤੁਸੀਂ ਬੜੀ ਹੌਲੀ ਤੁਰਦੇ ਜੇ ਭਾਈ ਛੇਤੀ ਕਰੋ ਤੇ ਛੇਤੀ ਆਓ ਸਾਡੇ ਨਾਲ ਹਮਨੈ ਕਰਨੋ ਕਾਜ ਅਗਾਰੇ ਮਹਾਰਾਜ ਕਹਿਣ ਲੱਗੇ ਅਸੀਂ ਬਹੁਤ ਜ਼ਰੂਰੀ ਕੰਮ ਕਰਨਾ ਅੱਗੇ ਜਾ ਕੇ ਹੰ ਇਮ ਕਹ ਸਤਗੁਰ ਬੇਗ ਸਿਧਾਰੇ ਇਹ ਕਹਿ ਕੇ ਗੁਰੂ ਸਾਹਿਬ ਆਪ ਕੱਲੇ ਕਿਸੇ ਸਿੱਖ ਨੂੰ ਨਹੀਂ ਨਾਲ ਲਿਆ ਤੇ ਸੱਚੇ ਪਾਤਸ਼ਾਹ ਕੱਲੇ ਹੀ ਸਾਧ ਸੰਗਤ ਦੀ ਬੜੀ ਛੇਤੀ ਨਾਲ ਸਤਿਰਾਮ ਨੂੰ ਜਾ ਰਹੇ ਨੇ ਹਾਂ ਚਾਚਾ ਫੱਗੋ ਕੇ ਘਰ ਗਏ ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ ਤੇ ਹੁਣ ਧਿਆਨ ਨਾਲ ਸੁਣਿਓ ਬੜੇ ਚਿਰਾਂ ਦੀਆਂ ਉਡੀਕਾਂ ਲੱਗੀਆਂ ਪਈਆਂ ਸੀ ਚਾਚੇ ਫੱਗੋ ਨੂੰ ਹੁਣ ਅੱਜ ਮਹਾਰਾਜ ਪਹੁੰਚਣ ਲੱਗੇ ਆ ਪਹੁੰਚ ਗਏ ਆ ਪਰ ਚਾਚਾ ਫੱਗੋ ਆਪ ਘਰ ਨਹੀਂ ਹੈਗਾ ਜੀ ਉਹ ਆਪ ਬਾਹਰ ਖੇਤਾਂ 'ਚ ਹੈ ਜੀ ਮਹਾਰਾਜ ਜੀ ਚਾਚੇ ਫੱਗੋ ਦੇ ਘਰ ਪਹੁੰਚ ਗਏ ਜੀ ਹੰਕਾਰੀ ਪ੍ਰਤੀਗਿਆ ਪੂਰਤ ਭਏ ਉਹਦੀ ਪ੍ਰਤੀਗਿਆ ਸੀਗੀ ਜੀ ਉਸ ਪ੍ਰਤੀਗਿਆ ਨੂੰ ਪੂਰਨ ਕੀਤਾ ਸੱਚੇ ਪਾਤਸ਼ਾਹ ਜੀ ਨੇ ਪਾਰ ਸਦਨ ਕੋ ਵੱਡੋ ਚਨਾਇਓ ਮਹਾਰਾਜ ਨੇ ਜਾ ਕੇ ਵੇਖਿਆ ਵੱਡਾ ਦਰਵਾਜ਼ਾ ਲਾਇਆ ਸੀ ਗਾ ਜੀ ਹਣ ਗੁਰੂ ਸਾਹਿਬ ਨੇ ਥੋੜੀ ਐਡਰੈਸ ਪੁੱਛਣਾ ਸੀ ਪਿੰਡ ਵਾਲਿਆਂ ਨੂੰ ਵੀ ਚਾਚੇ ਫੱਗੋ ਦਾ ਘਰ ਕਿੱਥੇ ਆ ਮਾਰਾ ਨੂੰ ਤੇ ਸਾਰੀ ਗੱਲ ਦਾ ਪਤਾ ਵੱਡਾ ਦਰਵਾਜਾ ਲੱਗਾ ਜੀ ਹਾਂਜੀ ਪ੍ਰੇਮ ਢੋਰ ਗੁਰ ਐਂਚ ਮੰਗਾਇਓ ਵੱਡਾ ਦਰਵਾਜਾ ਲੱਗਾ ਗੁਰੂ ਸਾਹਿਬ ਨੇ ਉਹ ਦੇਖਿਆ ਤੇ ਮਾਨੋ ਪ੍ਰੇਮ ਦੀ ਰੱਸੀ ਨਾਲ ਜਿਵੇਂ ਰੱਸੀ ਪਾ ਕੇ ਕਿਸ ਨੂੰ ਖਿੱਚ ਲਈਦਾ ਨਾ ਚਾਚੇ ਫੱਗੋ ਦੇ ਪਿਆਰ ਨੇ ਗੁਰੂ ਤੇਗ ਬਹਾਦਰ ਜੀ ਨੂੰ ਖਿੱਚ ਲਿਆ ਜੀ ਹਾਂ ਜੀ ਵਾਹਨ ਚੜੇ ਅਜਰ ਮਹਿ ਆਵੈ ਤੇ ਮਹਾਰਾਜ ਦਾ ਸੁਭਾਅ ਇਹੋ ਜਾਈਆ ਪ੍ਰਣ ਪੂਰੇ ਕਰਨਾ ਦੀ ਤੇ ਉਹਦਾ ਪ੍ਰਣ ਸੀ ਵੀ ਮਹਾਰਾਜ ਘੋੜੇ ਤੇ ਚੜਿਆ ਮੇਰੇ ਘਰ ਵੇੜੇ ਵਿੱਚ ਆਉਣਾ ਹਾਂ ਜੀ ਇਮ ਪ੍ਰਣ ਠਾਨਿਓਂ ਪ੍ਰੀਤ ਬਧਾਵੇ ਹੁਣ ਇਹ ਪ੍ਰਣ ਕਰਕੇ ਹੋਰ ਪਿਆਰ ਉਹਦਾ ਵੱਧਦਾ ਸੀ ਕਾ ਜੀ ਸ਼੍ਰੀ ਗੁਰੂ ਤੇਗ ਬਹਾਦਰ ਚੰਦ ਆਏ ਚੜੇ ਤੁਰੰਗ ਬਿਲੰਦ ਤੇ ਧੰਨ ਗੁਰੂ ਤੇਗ ਬਹਾਦਰ ਸਹਿਬ ਸੱਚੇ ਪਾਤਸ਼ਾਹ ਸਸਰਾਮ ਪਿੰਡ ਦੇ ਅੰਦਰ ਗਏ ਜਿੱਥੇ ਚਾਚੇ ਫੱਗੋ ਦਾ ਘਰ ਹੈ ਦਰਵਾਜ਼ੇ ਤੇ ਸਾਹਮਣੇ ਖਲੋਤੇ ਤੇ ਚਾਚਾ ਫੱਗੋ ਭਾਵੇਂ ਆਪ ਨਹੀਂ ਸੀ ਹੈਗਾ ਘਰ ਵਿੱਚ ਪਰ ਉਹ ਦਰਵਾਜ਼ਾ ਖੋਲ ਕੇ ਹੀ ਰੱਖਦਾ ਸੀਗਾ ਜੀ ਕਿਉਂ ਕਿਉਂਕਿ ਪਰੋ ਸਾਸਿ ਗੁਰੂ ਜੀ ਨੇ ਆਉਣਾ ਤੇ ਕੀ ਪਤਾ ਕਿਹੜੇ ਵੇਲੇ ਆ ਜਾਣਾ ਨਹੀਂ ਤੇ ਜਦੋਂ ਆਉਣ ਉਦੋਂ ਦਰਵਾਜ਼ਾ ਨਾ ਬੰਦ ਹੋਵੇ ਚਾਚੇ ਭੱਗੋ ਨੇ ਦਰਵਾਜ਼ਾ ਖੋਲਿਆ ਹੋਇਆ ਸੀ ਮਹਾਰਾਜ ਘੋੜੇ ਤੇ ਚੜੇ ਚੜਾਏ ਸਿੱਧਾ ਘਰ ਦੇ ਅੰਦਰ ਗਏ ਤੇ ਵੇੜੇ ਵਿੱਚ ਖਲੋ ਗਏ ਦੀ ਜਾ ਕੇ ਲਓ ਜੀ ਚਾਚੇ ਭੱਗੋ ਦੀ ਹੁਣ ਤੱਕ ਦੀ ਪ੍ਰਤੀਗਿਆ ਜਿਹੜੀ ਉਹ ਅੱਜ ਸਫਲੀ ਹੋ ਗਈ ਸੀ ਗਰ ਸ਼ਮਸ਼ੀਰ ਸੁਹਾਏ ਨਖੰਗ ਗਲ ਵਿੱਚ ਵੱਡੀ ਸ਼ਮਸ਼ੀਰ ਪਾਈ ਹੋਈ ਹੈ ਜੀ ਗਾਤਰੇ ਨਾ ਜੀ ਸ਼ਮਸ਼ੀਰ ਪਾਈ ਚਿੱਟੇ ਰੰਗ ਦਾ ਘੋੜਾ ਚਿੱਟਾ ਝੋਲਾ ਤੇ ਚਿੱਟੇ ਰੰਗ ਦੀ ਦਸਤਾਰ ਮਹਾਰਾਜ ਨੇ ਸਜਾਈ ਹੋਈ ਹੈ ਤੇ ਜਿਹੜੀ ਉਹ ਲਾਲ ਰੰਗ ਦਾ ਪਾਇਆ ਵੱਡੇ ਤਲਵਾਰ ਹੈ ਵਿੱਚ ਜੀ 3 ਫੁੱਟ ਦੀ ਤੇ ਤੀਰਾਂ ਦਾ ਪੱਥਾ ਮਹਾਰਾਜ ਦੇ ਮੋਢੇ ਤੇ ਲੱਗਾ ਜੀ ਹਾਂਜੀ ਹਾਥ ਸਰਾਸਨ ਦੀਰਗ ਅੰਗ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਵਿੱਚ ਸਰਾਸਨ ਆਖੋ ਵਾਹਿਗੁਰੂ ਵਾਹਿਗੁਰੂ ਵੱਡਾ ਤੁਨਸ਼ ਵੀ ਹੈ ਇੱਕ ਪਾਸੇ ਹਾਂਜੀ ਬਾਜ ਅਰੂਡੇ ਅੰਤਰ ਬਰੇ ਘੋੜੇ ਤੇ ਚੜੇ ਚੜਾਏ ਸੱਚੇ ਪਾਤਸ਼ਾਹ ਦੀ ਚਾਚੇ ਫੱਗੋ ਦੇ ਘਰ ਦੇ ਅੰਦਰ ਗਏ ਜੀ ਆਜਰ ਰੋਚਰ ਮਹਿ ਸ਼ੋਭਤ ਖਰੇ ਉਹ ਹੁਣ ਵੇੜੇ ਦੇ ਵਿੱਚ ਖਲੋਤੇ ਹਨ ਤੇ ਕੋਈ ਨਹੀਂ ਕਰਦਾਗਾ ਜੀ ਇਕੱਲੇ ਆ ਕੇ ਮਹਾਰਾਜ ਖਲੋਤੇ ਹਨ ਨਾ ਮਹਾਰਾਜ ਦੇ ਕੋਈ ਸਿੱਖ ਨਾਲ ਹਾਂਜੀ ਇਤ ਉਤ ਨਰਹਿ ਰੈ ਸਮੁਦਾਏ ਹਾਂਜੀ ਇਹ ਕੋ ਨਭ ਤੇ ਉਤਰਿਓ ਆਏ ਅਖਵਾਹਿ ਤੇ ਗੁਰੂ ਸਾਹਿਬ ਨੇ ਨਾ ਆਪਣੇ ਘੋੜੇ ਨੂੰ ਭਰੇ ਰਿਆ ਜੀ ਤੇ ਘੋੜਾ ਪਤਾ ਕੀ ਕਰਦਾ ਵੇੜੇ ਚ ਪੌੜ ਮਾਰਦਾ ਪੌੜ ਜੀ ਤੇ ਤੁਸੀਂ ਸਿਆਣੇ ਬੈਠੇ ਹੋ ਜਦੋਂ ਕੋੜਾ ਪੌੜ ਮਾਰਦਾ ਤੇ ਸਾਧ ਸੰਗਤ ਜੀ ਉਹਨਾਂ ਪੌੜਿਆਂ ਦੀ ਆਵਾਜ਼ ਹੁੰਦੀ ਹੈ ਉਹ ਆਵਾਜ਼ ਸੁਣ ਕੇ ਪਿੰਡ ਦੇ ਬੰਦੇ ਇਕੱਠੇ ਹੋ ਗਏ ਜੀ ਹੁਣ ਉਹ ਸਾਰੇ ਹੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਆ ਪਰ ਕਿਸੇ ਨੂੰ ਨਹੀਂ ਪਤਾ ਵੀ ਇਹੋ ਹੀ ਨੇ ਗੁਰੂ ਤੇਗ ਬਹਾਦਰ ਜੀ ਪਤਾ ਕਿਸੇ ਨੂੰ ਵੀ ਨਹੀਂ ਹੈ ਇਹਤ ਉਤ ਨਰ 헤 ਰਹ ਸਮੁਦਾਏ ਮਹਾਰਾਜ ਘੋੜੇ ਦੇ ਉੱਤੇ ਬੈਠੇ ਆ ਵੇੜੇ ਚ ਆ ਕੇ ਖਲੋਤੇ ਤੇ ਘੋੜਾ ਪੌੜ ਮਾਰ ਰਿਆ ਜੀ ਤੇ ਲੋਕ ਆ ਕੇ ਵੇਖ ਰਹੇ ਆ ਤੇ ਪਤਾ ਕੀ ਗੱਲਾਂ ਕਰਦੇ ਆ ਕਹਿੰਦੇ ਇਹ ਕੋ ਨਬ ਤੇ ਉਤਰਿਓ ਆਏ ਇਹ ਤਾਂ ਐ ਲੱਗਦਾ ਜਿਵੇਂ ਕੋਈ ਅਸਮਾਨ ਤੋਂ ਹੀ ਉਤਰ ਕੇ ਫਰਿਸ਼ਤਾ ਆਇਆ ਹੋਵੇ ਆਖੋ ਵਾਹਿਗੁਰੂ ਵਾਹਿਗੁਰੂ ਕਿਉਂਕਿ ਮਹਾਰਾਜ ਸੋਹਣੇ ਬੜੇ ਆ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਹਾਂ ਜੀ ਮਹਾਰਾਜ ਸਮ ਬੜ ਉਤਸ਼ਾਹੀ ਕੋਈ ਕਹਿੰਦਾ ਇੰਜ ਲੱਗਦੇ ਜਿਵੇਂ ਮਹਾਰਾਜੇ ਨੇ ਕਿਤੋਂ ਦੇ ਪਰ ਹੈ ਇਕੱਲੇ ਹੀ ਹੈ ਕੋਈ ਫੌਜ ਨਹੀਂ ਹੈ ਨਾਲ ਹਾਂਜੀ ਗਿੱਤ ਤੇ ਸ਼ੰਕਮਾਨ ਚਿਤ ਨਾਹੀ ਵੀ ਕੋਈ ਕੁਝ ਸੋਚ ਰਿਆ ਕਹਿੰਦੇ ਸ਼ਕਤ ਨਹੀਂ ਹੈ ਲੱਗਦੇ ਤੇ ਮਹਾਰਾਜੇ ਹੀ ਨੇ ਹਾਂਜੀ ਬਦਨ ਪਰ ਫੁੱਲਿਤ ਕਮਲ ਸਮਾਨ ਮਹਾਰਾਜ ਜੀ ਦਾ ਮੁਖ ਵੇਖਦੇ ਮੁਖ ਆਹਾ ਕਹਿੰਦੇ ਮੁਖ ਕਿਵੇਂ ਕਮਲ ਵਾਂਗੂ ਮੁਖ ਖਿੜਿਆ ਜੀ ਆਪਸ ਚ ਗੱਲਾਂ ਕਰਦੇ ਜੀ ਹੌਲੀ ਹੌਲੀ ਨੇਤਰ ਵਿਸਾਲ ਕਿਰਪਾਲ ਸੁਜਾਨ ਵੱਡੇ ਨੇਤਰ ਨੇ ਤੇ ਨੇਤਰਾਂ ਚ ਰਸ ਬੜਾ ਜੀ করুণਾ ਬੜੀ ਹੈ ਕਿਰਪਾ ਬੜੀ ਭਰੀ ਹੈ ਹਾਂਜੀ ਦੀਰਗ ਭੁਜਾ ਸ਼ਸਤਰ ਸਭ ਧਾਰੀ ਕਿਵੇਂ ਲੰਮੀਆਂ ਲੰਮੀਆਂ ਬਾਹਾਂ ਨੇ ਤੇ ਕਿਵੇਂ ਸ਼ਸਤਰ ਧਾਰੇ ਹੋਏ ਆ ਹਾਂਜੀ ਗਰ ਜਾਮਾ ਜਨ ਕੇ ਦੁੱਤ ਭਾਰੀ ਤੇ ਗਲ ਵਿੱਚ ਕਿੱਡਾ ਸੋਹਣਾ ਚੋਲਾ ਪਾਇਆ ਇਉਂ ਲੱਗਦਾ ਹੈ ਜਿਵੇਂ ਕੋਈ ਫਰਿਸ਼ਤਾ ਹੀ ertidite ਉੱਤਰ ਆਇਆ ਹੋਵੇ ਪਰ ਪਤਾ ਨਹੀਂ ਐ ਕੌਣ ਐ ਹਾਂਜੀ ਆਏ ਅਚਾਨਕ ਪ੍ਰਿਸ਼ੇ ਧਾਮੂ ਭਾਈ ਇਹ ਕੌਣ ਐ ਅਚਾਨਕ ਹੀ ਆ ਕੇ ਚਾਚੇ ਫੱਗੋ ਦੇ ਵੇੜੇ 'ਚ ਆ ਕੇ ਖਲੋਗੇ ਨੇ ਨਿਰਭੈ ਸਬਨ ਤੇ ਤਨ ਅਭਿਰਾਮੂ ਕਿੰਨੇ ਨਿਰਭੈ ਨੇ ਡਰ ਕੋਈ ਨਹੀਂ ਐ ਵੇਖੋ ਬੈਠਣ ਬੈਠਣ ਵਿੱਚ ਫਰਕ ਹੁੰਦਾ ਕਈ ਡਰੇ ਜੇ ਬੈਠੇ ਹੁੰਦੇ ਆ ਕਈ ਨਿਰਭੈ ਹੋ ਕੇ ਬੈਠੇ ਹੁੰਦੇ ਆ ਕਈ ਨਿਮਰਤਾ ਨਾਲ ਬੈਠੇ ਹੁੰਦੇ ਆ ਬੈਠਣ ਬੈਠਣ ਦਾ ਫਰਕ ਹੁੰਦਾ ਉਹ ਕਹਿੰਦੇ ਕਿਵੇਂ ਨਿਰਭੈ ਹੋ ਕੇ ਘੋੜੇ ਤੇ ਬੈਠੇ ਹਨ ਭਾਏ ਅਚੰਬ ਦੇਖਤ ਰੂਪ ਲੋਕ ਮਹਾਰਾਜ ਦਾ ਸਰੂਪ ਵੇਖ ਵੇਖ ਕੇ ਨਾ ਹੈਰਾਨ ਹੋ ਰਹੇ ਨੇ ਅੱਛਾ ਇਹਨਾਂ ਵਿੱਚੋਂ ਹੀ ਕਿਸੇ ਨੇ ਦਸਤਾਰ ਬਣਾ ਕੇ ਰੱਖੀ ਆ ਕਿਸ ਨੇ ਜੋੜਾ ਬਣਾ ਕੇ ਰੱਖਿਆ ਕਹਨੇ ਚੋਲਾ ਬਣਾ ਕੇ ਰੱਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਆਉਣਗੇ ਤੇ ਦਵਾਂਗੇ ਹੁਣ ਮਹਾਰਾਜ ਆਏ ਤੇ ਪਤਾ ਹੀ ਨਹੀਂ ਕਿਸੇ ਨੂੰ ਵੀ ਇਹੋ ਹੀ ਨੇ ਮਹਾਰਾਜ ਹਾਂਜੀ ਜਨ ਉਤਰਿਓ ਇਹ ਦੇਵ ਸਰੂਪ ਕਈ ਕਹਿੰਦੇ ਇਉਂ ਲੱਗਦਾ ਜਿਵੇਂ ਦੇਵਤਿਆਂ ਦਾ ਰਾਜਾ ਹੀ ਧਰਤੀ ਤੇ ਉਤਰ ਆਇਆ ਹੈ ਹਾਂਜੀ ਮਸਤਕ ਮਹਾਦੇਪਤ ਹੈ ਜੋਤ ਕਹਿੰਦੇ ਵੇਖੋ ਤੇ ਸਹੀਂ ਮੱਥਾ ਵੇਖੋ ਇਹਨਾਂ ਦਾ ਮੱਥਾ ਕਿਵੇਂ ਜੋਤ ਜਗ ਰਹੀ ਐ ਮੱਥੇ ਉੱਤੇ ਕਿੰਨਾ ਪ੍ਰਕਾਸ਼ ਐ ਮੱਥੇ ਦੇ ਉੱਤੇ ਅਹਲਾਦਕ ਜਨ ਚੰਦ ਉਦੋਤ ਐ ਲੱਗਦਾ ਜਿਵੇਂ ਚਿਹਰੇ ਦੇ ਉੱਤੇ ਹੀ ਚੰਦ ਚੜ ਗਿਆ ਹੋਵੇ ਐਨਾ ਪ੍ਰਕਾਸ਼ ਐ ਚਿਹਰੇ ਉੱਤੇ ਜੀ ਹਾਂਜੀ ਤਬ ਚਾਚਾ ਫੱਗੋ ਚੱਲ ਆਇਓ ਕਿਸੇ ਨੇ ਚਾਚੇ ਫੱਗੋ ਨੂੰ ਦੱਸਿਆ ਚਾਚਾ ਫੱਗੋ ਤੇਰੇ ਵੇੜੇ 'ਚ ਪਤਾ ਨਹੀਂ ਕੌਣ ਆ ਕੇ ਖਲੋਤਾ ਪਰ ਇਉਂ ਲੱਗਦਾ ਜਿਵੇਂ ਅਰਸ਼ਾਂ ਤੋਂ ਦੇਵਤਾ ਆ ਗਿਆ ਹੋਵੇ ਚਾਚਾ ਫੱਗੋ ਦੀ ਭੱਜੇ ਭੱਜੇ ਆਏ ਹਾਂ ਠੰਡੇ ਅਜਰ ਗੁਰੂ ਦਰਸਾਇਓ ਵੇੜੇ ਵਿੱਚ ਖਲੋਤਿਆਂ ਗੁਰੂ ਸਾਹਿਬ ਜੀ ਦੇ ਦਰਸ਼ਨ ਹੋਏ ਨਿਸ਼ਚੇ ਭਇਓ ਨਾ ਹੈ ਗੁਰ ਇਹੀ ਪਰ ਇਹ ਨਹੀਂ ਪਤਾ ਵੀ ਇਹੋ ਹੀ ਨੇ ਗੁਰੂ ਸਾਹਿਬ ਵੇਖੋ ਘਰ ਨਵਾਂ ਬਣਾਇਆ ਵਾਂ ਗੁਰੂ ਸਾਹਿਬ ਵਾਸਤੇ ਪਰ ਗੁਰੂ ਸਾਹਿਬ ਆਏ ਤੇ ਇਹ ਨਹੀਂ ਪਤਾ ਵੀ ਇਹੋ ਹੀ ਨੇ ਹਾਂਜੀ ਖਿੱਚਿਓ ਜਾਤ ਮਨ ਤਉ ਸਨੇਹੀ ਪਰ ਚਾਚਾ ਫਗੂ ਦਾ ਮਨ ਖਿੱਚਿਆ ਜਾ ਰਿਹਾ ਜੀ ਮਨ ਨੂੰ ਖਿੱਚਾਂ ਪੈ ਰਹੀਆਂ ਵੀ ਐਡਾ ਸੋਹਣਾ ਰੂਪ ਐਨੇ ਮਨਮੋਹਣੇ ਦਰਸ਼ਨ ਹਾਂਜੀ ਬਿਕਸਤ ਜਾਤ ਬदन ਜਲ ਜਾਤਾ ਹਾਂਜੀ ਦੇਖ ਤਰਦਾ ਉਮੰਗ ਉਸਤਾ ਤੇ ਸਾਧ ਸੰਗਤ ਜੀ ਕਹੇ ਚਿਹਰਾ ਖਿੜਿਆ ਪਿਆ ਹੈ ਚਾਚਾ ਫੱਗੋ ਵੇਖਦਾ ਤੇ ਉਹਦਾ ਮਨ ਖਿੜ ਜਾਂਦਾ ਜੀ ਬੜਾ ਆਨੰਦ ਆ ਰਿਹਾ ਦਰਸ਼ਨ ਕਰਕੇ ਹਾਂਜੀ ਸਹਿਜ ਸੁਭਾਏਕ ਪ੍ਰੇਮ ਬਧੰਤਾ ਬਸ ਵੇਖ ਵੇਖ ਕੇ ਨਾ ਜੀ ਆਪੇ ਹੀ ਪਿਆਰ ਵਧੀ ਜਾਂਦਾ ਆਖੋ ਵਾਹਿਗੁਰੂ ਵਾਹਿਗੁਰੂ ਰੂਹ ਦਾ ਪ੍ਰਭਾਵ ਹੁੰਦਾ ਹੈ ਕਈਆਂ ਦੇ ਸਰੀਰ ਚੋਂ ਤਰੰਗਾਂ ਹੀ ਇਹੋ ਜੀਆਂ ਨਿਕਲਦੀਆਂ ਸਾਹਮਣੇ ਵਾਲੇ ਬੰਦੇ ਨੂੰ ਸ਼ਾਂਤੀ ਮਿਲਦੀ ਹੈ ਜੀ ਚਾਚਾ ਫੱਗੋ ਜਿਉਂ-ਜਿਉਂ ਵੇਖੀ ਜਾਵੇ ਨਾ ਜੀ ਤਿਉਂ-ਤਿਉਂ ਚਾਚੇ ਅੰਦਰ ਪਿਆਰ ਵਧੀ ਜਾਵੇ ਜੀ ਹਾਂਜੀ ਖਰੇ ਸਮੁਖ ਚਿਤਮਹਿ ਚਿਤਵੰਤਾ ਤੇ ਸਾਹਮਣੇ ਖਲੋ ਕੇ ਸੋਚਦਾ ਆਂ ਵੀ ਮੈਂ ਪੁੱਛਾਂ ਪਰ ਹਿੰਮਤ ਨਹੀਂ ਪੈਂਦੀ ਆਖੋ ਆਹੇ ਗੁਰ ਪ੍ਰਤਾਪ ਇਹਨਾ ਹਿੰਮਤ ਨਹੀਂ ਪੈ ਰੀ ਵੀ ਮੈਂ ਪੁੱਛਾਂ ਤੁਸੀਂ ਕੌਣ ਹੋ ਹਾਂਜੀ ਬੂਝ ਨਾ ਸਕਹਿ ਤੇਜ ਦਰਸਨਤਾ ਬਸ ਤੇਜ ਇਹੋ ਜਿਆ ਪ੍ਰਤਾਪ ਦੇ ਦਰਸ਼ਨ ਕਰੀ ਜਾਂਦਾ ਪੁੱਛ ਨਹੀਂ ਰਿਹਾ ਬਿਖ ਬਿਗਸਤ ਬੋਲੇ ਭਗਵੰਤਾ ਤੇ ਜਦੋਂ ਚਾਚਾ ਫੱਗੋ ਵੇਖੀ ਜਾਵੇ ਦਰਸ਼ਨ ਕਰੀ ਜਾਵੇ ਤੇ ਪੁੱਛੇ ਕੁਛ ਨਾ ਤੇ ਪੇਖ ਬਿਸਮਤ ਬੋਲੇ ਭਗਵੰਤਾ ਹੈਰਾਨ ਹੋਏ ਨੂੰ ਵੇਖਣਦੇ ਆ ਮਹਾਰਾਜ ਇਹ ਸੱਤੇ ਪਾਸ਼ਾ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਬੋਲਣ ਲੱਗੇ ਚੇਤਾ ਰੱਖਿਓ ਕੱਲੇ ਗੁਰੂ ਤੇਗ ਬਹਾਦਰ ਸਾਹਿਬ ਆਏ ਐ ਚਿੱਟੇ ਰੰਗ ਦਾ ਘੋੜਾ ਹੈ ਚਿੱਟਾ ਚੋਲਾ ਤੇ ਚਿੱਟਾ ਹੀ ਦਸਤਾਰਾ ਸਜਾਇਆ ਜੀ ਲਾਲ ਰੰਗ ਦਾ ਗਾਤਰਾ ਪਾਇਆ ਵੱਡੀ ਤਲਵਾਰ ਗਲ 'ਚ ਪਾਈ ਹੈ ਤੇ ਮੋਢੇ ਦੇ ਉੱਤੇ ਤੀਰਾਂ ਦਾ ਪੱਥਾ ਵੱਜਿਆ ਕਮਾਨ ਇੱਕ ਹੱਥ ਵਿੱਚ ਘੋੜੇ ਦੇ ਉੱਤੇ ਬੈਠੇ ਆ ਚਰਨਾ ਚ ਸੋਹਣਾ ਜੋੜਾ ਪਾਇਆ ਸਾਰਾ ਵਿਹੜਾ ਲੋਕਾਂ ਨਾਲ ਭਰਿਆ ਚਾਚਾ ਫੱਗੋ ਸਾਹਮਣੇ ਆ ਕੇ ਖਲੋਤਾ ਹੈ ਕੋਈ ਕੁਝ ਨਹੀਂ ਬੋਲ ਰਿਹਾ ਚਾਚਾ ਫੱਗੋ ਦਰਸ਼ਨ ਕਰ ਕਰਕੇ ਆਨੰਦ ਚ ਹੋਈ ਜਾ ਰਿਹਾ ਪਰ ਚਾਚੇ ਫੱਗੋ ਨੂੰ ਵੀ ਨਹੀਂ ਪਤਾ ਜਿੰਨਾ ਵਾਸਤੇ ਮੈਂ ਘਰ ਬਣਾਇਆ ਇਹ ਉਹ ਸਤਿਗੁਰੂ ਆਪ ਹਨ ਮਹਾਰਾਜ ਨੇ ਚਾਚੇ ਫੱਗੋ ਵੱਲ ਦੇਖਿਆ ਤੇ ਸੱਚੇ ਪਾਤਸ਼ਾਹ ਜੀ ਆਪਣੇ ਮੁਖ ਤੋਂ ਬੋਲੇ ਏ ਫੱਗੋ ਤੈ ਪ੍ਰਣ ਅਤ ਧਾਰਿਓ ਘਰ ਕੋ ਪੌਰ ਵਿਸਾਲ ਉਸਾਰੇ ਮਹਾਰਾਜ ਕਹਿਣ ਲੱਗੇ ਫੱਗੋ ਕਿਉ ਮਾਰਾ ਨੇ ਤੇ ਚਾਚਾ ਨਹੀਂ ਨਾ ਕਹਿਣਾ ਮਾਰਾ ਕਹਿਣ ਲੱਗੇ ਫੱਗੋ ਤੂੰ ਬੜਾ ਔਖਾ ਪ੍ਰਣ ਧਾਰਨ ਕੀਤਾ ਵੀ ਗੁਰੂ ਮੇਰੇ ਘਰ ਚ ਆਵੇ ਤੇ ਦਰਵਾਜ਼ਾ ਵੀ ਇੰਨਾ ਵੱਡਾ ਰੱਖਿਆ ਹਾਂਜੀ ਹਮ ਅਤ ਦੂਰ ਨਰ ਦੇ ਵਿਚਾਰਿਓ ਇਹ ਵਿਚਾਰਿਆ ਹੀ ਨਹੀਂ ਵੀ ਅਸੀਂ ਇੰਨੀ ਦੂਰੋਂ ਕਿਵੇਂ ਆਵਾਂਗੇ ਆਖੋ ਵਾਹਿਗੁਰੂ ਵਾਹਿਗੁਰੂ ਹੁਣ ਮਾਰਾ ਨੇ ਇਸ਼ਾਰਾ ਤ ਦੇ ਦਿੱਤਾ ਪਰ ਅਜੇ ਵੀ ਚਾਚੇ ਫੱਗੋ ਨੂੰ ਪਤਾ ਨਹੀਂ ਲੱਗਾ ਪ੍ਰੇਮ ਹੀ ਇੰਨਾ ਜ਼ਿਆਦਾ ਮਨ ਚ ਪੈਦਾ ਹੋਇਆ ਜੀ ਹਾਂਜੀ ਕਿਮ ਆਵਹਿਂਗਹਿ ਨਿਰਧਾਰਿਓ ਅਸੀਂ ਇੰਨੀ ਦੂਰੋਂ ਕਿਵੇਂ ਆਵਾਂਗੇ ਕੋਈ ਵਿਚਾਰ ਨਹੀਂ ਕੀਤੀ ਤੁਸੀਂ ਹਾਂਜੀ ਪੰਥ ਸੈਂਕੜੇ ਕੋਸਨਤ ਕੇਰਾ ਵੀ ਸੈਂਕੜੇ ਕੋ ਦੂਰ ਅਸੀਂ ਰਹਿੰਨੇ ਆ ਹਾਂਜੀ ਕਿਤੇ ਦਿਵਸ ਮੈਂ ਪਹੁੰਚਾਂ ਡੇਰਾ ਜਿਹਨੂੰ ਆਪਾਂ ਕਹਿ ਸਕਦੇ ਵੀ ਕਈ 100 ਕਿਲੋਮੀਟਰ ਦੂਰ ਰਹਿੰਨੇ ਆ ਤਾਂ ਐਨੇ ਦੂਰ ਕਿਵੇਂ ਆਵਾਂਗੇ ਬਿਨਾ ਵਿਚਾਰੇ ਪ੍ਰੇਮ ਮਹਾਨਾ ਮਾਰਾ ਕਹਿਣ ਲੱਗੀ ਬਿਨਾ ਵਿਚਾਰ ਕੀਤਿਆਂ ਤੂੰ ਪਿਆਰ ਵਿੱਚ ਆ ਕੇ ਸੰਗਤ ਮੈਂ ਸੁਣਾਏ ਪ੍ਰਣ ਠਾਨ ਸਾਰੀ ਸੰਗਤ ਨੂੰ ਇਹ ਗੱਲ ਕਹਿ ਦਿੱਤੀ ਵੀ ਗੁਰੂ ਜੀ ਮੇਰੇ ਘਰ ਆਉਣਗੇ ਜ਼ਰੂਰ ਆਉਣਗੇ ਹਾਂਜੀ ਤੁਮ ਮਨਸ਼ਾ ਕੇ ਪੂਰਨ ਹੇਤ ਮਹਾਰਾਜ ਕਹਿਣ ਲੱਗੇ ਲਓ ਫੱਗੋ ਤੇਰੀ ਇੱਛਾ ਪੂਰੀ ਕਰਨ ਵਾਸਤੇ ਸਦਨ ਪਰਵੇਸ਼ੇ ਬਾਜ ਸਮੇਤ ਅਸੀਂ ਸਮੇਤ ਘੋੜੇ ਦੇ ਤੇਰੇ ਘਰ ਦੇ ਵਿੱਚ ਆਏ ਹਾਂ ਕਹਿਣ ਲੱਗੇ ਤੇਰੇ ਵਿਹੜੇ 'ਚ ਖਲੋਤੇ ਆਂ ਹਾਂਜੀ ਤੋਰ ਪ੍ਰਤਗਿਆ ਪੂਰਨ ਕਰੀ ਜਿਮ ਇੱਛਾ ਤਿਮ ਇਸ ਇਸ ਘਰੀ ਮਹਾਰਾਜ ਕਹਿਣ ਲੱਗੇ ਤੇਰੀ ਪ੍ਰਤਗਿਆ ਪੂਰੀ ਕੀਤੀ ਹੈ ਜੋ ਤੇਰਾ ਫੁਰਨਾ ਸੀ ਪੂਰਾ ਕਰ ਦਿੱਤਾ ਹੈ ਸਾਰੀ ਗੱਲ ਜਦੋਂ ਦਸੀ ਸੁਣ ਫੱਗੋ ਕੇ ਨਿਸ਼ਚੈ ਭਇਓ ਇਹ ਗੁਰਤੇਗ ਬਹਾਦਰ ਆਇਓ ਤੇ ਭਾਈ ਸੰਤੋਖ ਸਿੰਘ ਲਿਖਦੇ ਕਹਿੰਦੇ ਸੁਣ ਫੱਗੋ ਕੇ ਨਿਸ਼ਚੈ ਭਇਓ ਇਹ ਗੁਰਤੇਗ ਬਹਾਦਰ ਭਇਓ ਫਿਰ ਚਾਚੇ ਫੱਗੋ ਨੂੰ ਪਤਾ ਲੱਗਾ ਇਹੀ ਨੇ ਗੁਰੂ ਤੇਗ ਬਹਾਦਰ ਸਾਹਿਬ ਹਾਂਜੀ ਤਤਸ਼ਨ ਉਮਗਿਓ ਰਿਦੇ ਬਿਲੰਦ ਬਸ ਉਸੇ ਵੇਲੇ ਉਸੇ ਵੇਲੇ ਹਿਰਦਾ ਹੋਰ ਚਾ ਨਾਲ ਭਰ ਗਿਆ ਦੇਖ ਚੰਦ ਕੋ ਸਿੰਧ ਮਨਿੰਦ ਕਹਿੰਦੇ ਜਿਵੇਂ ਚੰਦ ਨੂੰ ਵੇਖ ਕੇ ਸਾਗਰ ਉਛਾਲੇ ਨਹੀਂ ਮਾਰਦਾ ਜੀ ਬਸ ਇਸੇ ਤਰ੍ਹਾਂ ਚਾਚੇ ਫੱਗੋ ਦੇ ਹਿਰਦੇ 'ਚ ਪ੍ਰੇਮ ਛਾਲੇ ਮਾਰੇ ਜੀ ਹਾਂਜੀ ਭਰੇ ਬਿਲੋਚਨ ਮਹਿਦ ਆਨੰਦ ਨੇਤਰ ਆਨੰਦ ਨਾਲ ਭਰ ਗਏ ਤੇ ਗੁਰੂ ਜੀ ਦੇ ਦਰਸ਼ਨ ਕਰਕੇ ਚਾਚੇ ਫੱਗੋ ਦੇ ਨੇਤਰਾਂ 'ਚੋਂ ਜਲ ਵਹਿਣ ਲੱਗ ਪਿਆ ਜੀ ਹਾਂਜੀ ਮੁਕਤਾ ਸਮ ਛੂਟਤ ਜਲ ਬੰਦ ਕਹਿੰਦੇ ਜਿਵੇਂ ਮੋਤੀ ਨਹੀਂ ਹੁੰਦੇ ਮੋਤੀ ਮੋਤੀਆਂ ਵਰਗੀਆਂ ਵਾਹਿਗੁਰੂ ਮੋਤੀ ਵਰਗੇ ਅਥਰੂ ਜਿਹੜੇ ਆ ਉਹ ਤਰਤੀ ਤੇ ਡਿੱਗਣ ਲੱਗ ਪਏ ਚਾਚੇ ਫੱਗੋ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਨਾ ਜਿਆਦਾ ਆਨੰਦ ਆਇਆ ਜੀ ਹਾਂ ਮੁਖ ਪਰਪੁਲਤ ਅਸ਼ਰ ਕੇ ਸੰਗ ਐ ਮੁਖ ਹੰਝੂਆਂ ਨਾਲ ਭਰ ਗਿਆ ਜੀ ਵੇਖੋ ਕਿਸੇ ਨੂੰ ਮਿਲিয়ে ਤੇ ਖੁਸ਼ ਹੋਣਾ ਚਾਹੀਦਾ ਪਰ ਇੱਕ ਗੁਰੂ ਦੇ ਦਰਸ਼ਨ 'ਚ ਜਦੋਂ ਕਿਸੇ ਨੂੰ ਹੁੰਦੇ ਆ ਨਾ ਉਹ ਬੰਦਾ ਬਹਿਰਾਗ 'ਚ ਪਰ ਜਾਂਦਾ ਜੀ ਰੋਂਦਾ ਬਾਜੀ ਇਹ ਗੁਰੂ ਜੀ ਦੇ ਦਰਸ਼ਨਾਂ ਦਾ ਲਾਭ ਜੇ ਅੰਦਰ ਬੈਰਾਗ ਆ ਜਾਂਦਾ ਜੀ ਕਿਉਂ ਅੰਦਰ ਧੁੱਪਦਾ ਨਾ ਬੰਦੇ ਦਾ ਮਾੜੇ ਸੰਸਕਾਰ ਧੁੱਪ ਜਾਂਦੇ 53 ਨਾ ਦੇਖਤ ਚੜੇ ਤੁਰੰਗ ਵਾ 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 ਚਾਚਾ ਫੱਗੋ ਰੱਜਦਾ ਹੀ ਨਹੀਂ ਜੀ ਦਰਸ਼ਨ ਹੀ ਕਰੀ ਜਾਂਦਾ ਦਰਸ਼ਨ ਹੀ ਕਰੀ ਜਾਂਦਾ ਮਹਾਰਾਜ ਘੋੜੇ ਤੇ ਐ ਵੀ ਨਹੀਂ ਕਿਹਾ ਦੇ ਸੱਚੇ ਪਾਸ਼ਾ ਘੋੜੇ ਤੋਂ ਉਤਰ ਜੋ ਬਸ ਵੇਖ ਹੀ ਜਾਂਦਾ ਜੀ ਦਰਸ਼ਣ ਹੀ ਕਰੀ ਜਾਂਦਾ ਹੈ ਬਾਸ ਥੰਭ ਕੁਛ ਕਹੇਉ ਨਾ ਜਾਈਂ ਕਹਿੰਦੇ ਖੰਬੇ ਵਾਂਗੂ ਹੋ ਗਿਆ ਖੜਾ ਮੂੰਹ ਕੁਛ ਬੋਲਦਾ ਨਹੀਂ ਚਾਚਾ ਫਾਗੋ ਹਾਂਜੀ ਰੁਕਿਓ ਕੰਠ ਮੁਖ ਗਿਰਾ ਨ ਆਈ ਗळा ਰੁਕ ਗਿਆ ਮੁਖੋਂ ਬੋਲਿਆ ਨਾ ਜਾਵੇ ਖੰਬੇ ਵਾਂਗੂ ਖਲੋ ਗਿਆ ਨੇਤਰਾਂ ਚ ਜਲ ਵਹਿ ਰਿਹਾ ਪਿਆਰ ਦੀ ਅਵਸਥਾ ਇੰਨੀ ਜ਼ਿਆਦਾ ਹੋ ਗਈ ਜੀ ਹਾਂਜੀ ਦੇਖਣ ਸਪਲਕ ਥਿਰਿਓ ਰਹਿ ਆਗੇ ਕਹਿਣ ਲੱਗੇ ਐਨ ਪਲਕਾਂ ਸਮੇਤ ਟਿਕ ਗਈਆਂ ਅੱਖਾਂ ਦੀ ਹਾਂਜੀ ਬਹਰ ਪਾਏ ਸੁਧ ਕੋ ਵੱਡ ਭਾਗੇ ਤੇ ਕਾਫੀ ਸਮਾ ਗਿਆ ਤੇ ਮਹਾਰਜ ਕੋੜੇ ਤੇ ਬੈਠੇ ਨਾ ਮੁਸਕਰਾਈ ਜਾਣ ਆਖੋ ਵਾਹਿਗੁਰੂ ਵਾਹਿਗੁਰੂ ਦਰਸ਼ਨ ਦੇਈ ਜਾਣ ਤੇ ਮੁਸਕਰਾਈ ਜਾਣ ਫੱਗੋ ਦਰਸ਼ਨ ਕਰੀ ਜਾਵੇ ਤੇ ਰੋਈ ਜਾਵੇ ਜੀ ਜਦੋਂ ਕਾਫੀ ਸਮੇਂ ਬਾਅਦ ਸਰੀਰ ਨੂੰ ਸੋਝੀ ਹੋਈ ਐ ਪੂਜਤ ਰਹਿਓ ਜਸੇ ਦਿਨ ਰਾਤੀ ਹੁਤੋ ਪ੍ਰਯੰਕ ਰਚਿਓ ਸੁਭ ਭਾਂਤੀ ਮਹਾਰਾਜ ਨੇ ਕਿਹਾ ਚਾਚਾ ਫੱਗੋ ਸਾਨੂੰ ਘੋੜੇ ਤੇ ਬਿਠਾਈ ਰੱਖਣਾ ਆਖੋ ਵਾਹਿਗੁਰੂ 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 ਚਾਚਾ ਨਹੀਂ ਕੱਲਾ ਹੀ ਫੱਗੋ ਕਿਹਾ ਫੱਗੋ ਸਾਨੂੰ ਘੋੜੇ ਤੇ ਬਿਠਾਈ ਰੱਖਣਾ ਤੇ ਫਿਰ ਚਾਚੇ ਫੱਗੋ ਨੇ ਉਸੇ ਵੇਲੇ ਸਾਤ ਸੰਗਤ ਜੀ ਇੱਕ ਪਲੰਗਾ ਜਿਹੜਾ ਤਿਆਰ ਕੀਤਾ ਸੀ ਨਾ ਪਲੰਗੇ ਦੀ ਪੂਜਾ ਕਰਦਾ ਰਹਿੰਦਾ ਹੁੰਦਾ ਸੀਗਾ ਇੱਥੇ ਮੇਰੇ ਸਤਿਗੁਰੂ ਆ ਕੇ ਬਹਿਣਗੇ ਉਹ ਪਲੰਗਾ ਛੇਤੀ ਦੇ ਨਾਲ ਡਾਇਆ ਹੈ ਸੁੰਦਰ ਸੁੰਦਰ ਆਸਤਰਨ ਸੋ ਛਾਇਓ ਔਰ ਇੱਤੇ ਬੜੇ ਸੋਹਣਾ ਕੱਪੜਾ ਵਿਛਾਇਆ ਧਰੇ ਮੁਲਾਇਮ ਬਰ ਉਪਧਾਨ ਸਰਾਣੇ ਰੱਖੇ ਜੀ ਮਗਰ ਹਾਂਜੀ ਰੇਸ਼ਮ ਡੋਰਾਂ ਤਨੀ ਮਹਾਂ ਰੇਸ਼ਮ ਦੀਆਂ ਡੋਰਾਂ ਨਾਲ ਬੰਨ੍ਹ ਕੇ ਉਹ ਚਾਦਰਾਂ ਨੂੰ ਤੈਂ ਖਿੱਚ ਕੇ ਵੱਟ ਕੱਟ ਦਿੱਤੇ ਦੀ ਛਾਏ ਰਕਾਬ ਗਹੀ ਤਬ ਹਾਥ ਤੇ ਸਾਥ ਸੰਗਤ ਦੀ ਪਲੰਗਾ ਲਾ ਕੇ ਨਾ ਫਿਰ ਕੀ ਕੀਤਾ ਫਿਰ ਚਾਚੇ ਫੱਗੋ ਨੇ ਘੋੜੇ ਦੀ ਲਗਾਮ ਫੜੀ ਜੀ ਹਾਂਜੀ ਤੁਰੰਗ ਉਤਾਰੇ ਸ੍ਰੀ ਗੁਰਨਾਥ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੇਰੇ ਸਤਿਗੁਰੂ ਜੀਓ ਮੇਰੇ ਮਾਲਕ ਜੀ ਕਿਰਪਾ ਕਰੋ ਮਹਾਰਾਜ ਘੋੜੇ ਤੋਂ ਉਤਰੋ ਹਾਂਜੀ ਸਿੰਘਾਸਨ ਪਰ ਤਬਾ ਬਿਠਾਏ ਮਹਾਰਾਜ ਸਹਿਜ ਦੇ ਘੋੜੇ ਤੋਂ ਉਤਰੇ ਤੇ ਸੱਚੇ ਪਾਤਸ਼ਾਹ ਜੀ ਨੂੰ ਆਸਣ ਦੇ ਉੱਤੇ ਬਿਠਵਾਇਆ ਜੀ ਪਰ ਉਹ ਡੰਡਵਤ ਗੁਰ ਅਗਵਾਏ ਹੁਣ ਵੇਖਿਓ ਸਰਦਾ ਸਰਦਾ ਵੇਖਿਓ ਤਿਆਂ ਨਾਲ ਸੁਣਿਓ ਉਰੋਂ ਦਾ ਮੱਥਾ ਨਹੀਂ ਟੇਕਿਆ ਜੀ ਚਾਚੇ ਫੱਗੋ ਨੇ ਦਰਸ਼ਨ ਹੀ ਕੀਤੇ ਜੀ ਮਹਾਰਾਜ ਕੋڑے ਤੇ ਬੈਠੇ ਤੇ ਚਾਚਾ ਫੱਗੋ ਦਰਸ਼ਨ ਹੀ ਕਰੀ ਜਾਵੇ ਰੱਜੇ ਹੀ ਨਾ ਦਰਸ਼ਨ ਕਰ ਕਰਕੇ ਹੁਣ ਮਹਾਰਾਜ ਆਸਣ ਤੇ ਬੈਠ ਗਏ ਨਾ ਤੇ ਕਰਿਓ ਡੰਡਵਤ ਗੁਰ ਅਗਵਾਏ ਗੁਰੂ ਸਾਹਿਬ ਜੀ ਦੇ ਸਾਹਮਣੇ ਡੰਡੇ ਦੀ ਤਰ੍ਹਾਂ ਸਿੱਧੇ ਹੋ ਕੇ ਲੰਮੇ ਪੈ ਕੇ ਮੱਥਾ ਟੇਕਿਆ ਜੀ ਫਿਰ ਜੀ ਤੁਸੀਂ ਸਹੀ ਟਿਕਾ ਲਿਆ ਕਰੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਿਆਰ ਡੰਡੇ ਦੀ ਤਰ੍ਹਾਂ ਲੰਮੇ ਪੈ ਕੇ ਮੱਥਾ ਟੇਕਿਆ ਆਪੀਏ ਕਰ ਡੰਡੋਤ ਪੁੰਨ ਵੱਡਾ ਹੈ ਡੰਡੋਤ ਬੰਦਨ ਅਨਿਕ ਬਾਰ ਸਰਬ ਕਲਾ ਸਮਰੱਥ ਹਾਂ ਜੀ ਬਾਰ-ਬਾਰ ਅਬ ਬੰਦਨ ਭੂਮ ਉਹ ਫਿਰ ਮੱਥਾ ਟੇਕ ਟੇਕ ਹੀ ਨਹੀਂ ਰੱਜਦੇ ਜੀ ਬਾਰ-ਬਾਰ ਮੱਥਾ ਰੱਖ ਰਹੇ ਜੀ ਲੰਮੇ ਪੈ ਕੇ ਬਾਰ-ਬਾਰ ਮੱਥਾ ਟੇਕਦੇ ਹਾਂਜੀ ਪਗ ਪੰਕਜ ਗਹ ਅਨਨ ਚੂਮ ਤੇ ਫਿਰ ਪਤਾ ਕੀ ਕੀਤਾ ਜੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਚੁੰਮਦੇ ਨੇ ਆਪਣੇ ਮੁਖ ਨਾਲ ਜੀ ਚੁੰਮਦੇ ਮੰਨੋ ਚਾਚੇ ਫੱਗੋ ਦਾ ਅੰਦਰ ਉੱਚੀ ਉੱਚੀ ਚੀਕ ਕੇ ਗੁਰੂ ਸਾਹਿਬ ਅੱਗੇ ਅਰਦਾਸ ਕਰ ਰਿਹਾ ਹੋਵੇ। ਉਹ ਕੀ ਅਰਦਾਸ ਕਰਦਾ ਜੀ? ਪੰਗਤੀ ਸਾਰੇ ਪੜ੍ਹ ਲੋ ਰਲ ਕੇ ਫਿਰ ਖਿਮਾ ਮੰਗੀਆਂ। ਬਹੁਤ ਫੇਰ ਪਾਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਜੀ। ਬਹੁਤ ਫੇਰ ਪਾਏ ਕਿਰਪਨ ਕੋ ਅਬ ਕਿਛ ਕਿਰਪਾ ਕੀ ਜੈ ਜੀ ਬਹੁਤ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀ ਜੈ ਜੀ ਮੰਗੋ ਕਿਰਪਾ ਹੌਲੀ ਹੌਲੀ ਮੰਗਦੇ ਜੀ ਨਹੀਂ ਕਰਦਾ ਕਿਰਪਾ ਮੰਗਣਾ ਗੁਰੂ ਜੀ ਕੋਲੋਂ ਮਿਹਰ ਮੰਗਣ ਨੂੰ ਜੀ ਨਹੀਂ ਕਰਦਾ ਸਾਰੇ ਗੱਜ ਗੱਜ ਕੇ ਮਿਹਰ ਮੰਗੋ ਕਿਰਪਾ ਕੀਜ ਜੀ ਅਬ ਕਿਛ ਕਿਰਪਾ ਕੀਜ ਜੀ ਕਿਰਪਾ ਕੀਜ ਆਪਹੁਤ ਕਿਰਪਾ ਕੀਜ ਜੀ ਕਿਰਪਾ ਕੀਜ ਜੀ ਅਬ ਕਿਛ ਕਿਰਪਾ ਕੀਜ ਜੀ ਕਿਰਪਾ ਕੀ ਜੀ ਆਪਕੇ ਜੀ ਮਾਣੇ ਕੀਰਪਾ ਕੀ ਜੈ ਜੀ ਆਪਕੇ ਥੇ ਕਿਰਪਾ ਕੀ ਜੈ ਜੀ ਕਿਰਪਾ ਕਿਰਪਾ ਕੀ ਜੈ ਜੀ ਅਬ ਕਿਛ ਕਿਰਪਾ ਕੀ ਜੈ ਜੀ ਕਿਰਪਾ ਬਹੁਤ ਫੇਰ ਪਏ ਕਿਰਪਨ ਕਾ ਅਬ ਕਿਛ ਕਿਰਪਾ ਕੀ ਜੈ ਜੀ ਕਿਰਪਾ ਕੀ ਜੈ ਜੀ ਅਬ ਕਿਛ ਕਿਰਪਾ ਕੀ ਜੈ ਜੀ ਬਹੁਤ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀ ਜੈ ਜੀ ਬਹੁਤ ਫੇਰ ਕਿਰਪਾ ਮੰਗ ਰਿਹਾ ਚਾਚੇ ਫੱਗੋ ਦਾ ਅੰਦਰ ਦਾ ਰੋਮ ਰੋਮ ਕੀ ਬਚਨ ਹੁੰਦੇ ਆ ਕੱਲ ਵਾਲੀ ਸਾਖੀ ਬੜੀ ਇੰਪੋਰਟੈਂਟ ਹੈ ਬੜੀ ਜ਼ਰੂਰੀ ਹੈ ਅਗਲਾ ਭਾਗ ਜ਼ਰੂਰ ਸੁਣਿਓ ਮਹਾਰਾਜ ਕਿਰਪਾ ਕਰਨ ਜਿੱਥੇ ਆਪ ਸਭ ਸੰਗਤ ਆਈਆਂ ਹਨ ਮਾਤਾ ਜਸਬੀਰ ਕੌਰ ਜੀ ਇੰਗਲੈਂਡ ਯੂਕੇ ਤੋਂ ਆਏ ਹਾਂ ਜੀ ਆਇਆਂ ਨੂੰ ਸੱਚੇ ਪਾਤਸ਼ਾਹ ਮਿਹਰ ਕਰਨ ਸਿਰ ਤੇ ਮੇਰਾ ਭਰਿਆ ਹੱਥ ਰੱਖਣ ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ